ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਰਾਜਵੀਰ ਸਾਹੋਗੇ ਮੈਂ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਕਬੱਡੀ ਐਵਰਗ੍ਰੀਨ ਦੇ ਉੱਤੇ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਕਬੱਡੀ ਦੇ ਇੱਕ ਉੱਭਰਦੇ ਸਟਾਰ ਵਜਨੀ ਕਬੱਡੀ ਦੇ ਇੱਕ ਵੱਖਰਾ ਨਾਮ ਬਣਾ ਚੁੱਕੇ ਕਾਕਾ ਸੇਖਾ ਜੀ ਦੇ ਨਾਲ ਕਾਕਾ ਸੇਖਾ ਜੀ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਅਸੀਂ ਕੋਈ ਇੱਕ ਗੱਲਾਂ ਸਾਂਝੀਆਂ ਕਰਾਂਗੇ ਜੋ ਆਪਣੀ ਜ਼ਿੰਦਗੀ ਦਾ ਤਜਰਬਾ ਕਬੱਡੀ ਦੇ ਦੌਰਾਨ ਉਹਨਾਂ ਨੇ ਕੀ ਕੁਝ ਸਿੱਖਿਆ ਅਤੇ ਕੀ ਕੁਝ ਪਾਇਆ ਉਹਦੇ ਬਾਰੇ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਸਵਾਗਤ ਆ ਵੀਰੇ ਕਾਕਾ ਤੁਹਾਡਾ ਸਾਡੇ YouTube ਚੈਨਲ ਸਤਿ ਸ਼੍ਰੀ ਅਕਾਲ ਬਾਈ ਸਾਹਿਬ ਆਪਣਾ ਜਨਮ ਕਾਕੇ ਕਦੋਂ ਹੋਇਆ ਬਾਈ ਮੇਰਾ ਜਨਮ 28/5/2001 ਦੇ ਵਿੱਚ ਹੋਇਆ ਠੀਕ ਆ ਬਾਈ ਅਤੇ ਕਬੱਡੀ ਦੇ ਵਿੱਚ ਤੁਹਾਨੂੰ ਲਿਆਉਣ ਵਾਲਾ ਕੌਣ ਹੈ ਵੀਰੇ ਅਤੇ ਕਦੋਂ ਤੋਂ ਕਬੱਡੀ ਤੁਸੀਂ ਸ਼ੁਰੂ ਕੀਤੀ ਆ ਬਾਈ ਮੈਂ 2016 ਤੋਂ ਖੇਡਣੀ ਸ਼ੁਰੂ ਕੀਤੀ ਆ ਬਾਈ ਠੀਕ ਆ ਜੀ ਅਤੇ ਅੰਮ੍ਰਿਤਪਾਲ ਸਿੰਘ ਬਾਈ ਅੰਬੀ ਕਹਿੰਦੇ ਪਿੰਡ ਦੇ ਵਿੱਚ ਬਾਈ ਨੂੰ ਠੀਕ ਆ ਜੀ ਅਤੇ ਬਾਈ ਮੈਂ ਉੱਥੇ ਖੇਡਦਾ ਹੁੰਦਾ ਸੀ ਅਤੇ ਬਾਈ ਮੈਨੂੰ ਗਰਾਊਂਡ 'ਚ ਲੈ ਜਾਂਦਾ ਸੀ ਖੇਡਣ ਬਾਈ ਅਤੇ ਉਹਨੇ ਆਪਾਂ ਨੂੰ ਖੇਡਣ ਦੀ ਸ਼ੁਰੂਆਤ ਦਿੱਤੀ ਸੀ ਬਾਈ ਠੀਕ ਆ ਜੀ ਆਪਣੀ ਫੈਮਿਲੀ ਦੇ ਵਿੱਚ ਕਾਕੇ ਕੌਣ ਕੌਣ ਆ ਅਤੇ ਪਹਿਲਾਂ ਕੋਈ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਕਬੱਡੀ ਖੇਡਦਾ ਹੋਵੇ ਜਾਂ ਕਬੱਡੀ ਦੇ ਨਾਲ ਕੋਈ ਜੁੜਿਆ ਹੋਵੇ ਕੋਈ ਚਾਚਾ ਤਾਇਆ ਜਾਂ ਡੈਡੀ ਆਪਣਾ ਨਾ ਕੋਈ ਵੀ ਪਰਿਵਾਰ ਦਾ ਮੈਂਬਰ ਬਾਈ ਫੈਮਿਲੀ ਦੇ ਇੱਕ ਦੋ ਮੇਰੀਆਂ ਭੈਣਾਂ ਬਾਈ ਠੀਕ ਆ ਜੀ ਮੰਮੀ ਡੈਡੀ ਆ ਬਾਈ ਠੀਕ ਆ ਜੀ ਇੱਕ ਮੇਰਾ ਵੱਡਾ ਭਰਾ ਠੀਕ ਆ ਬਾਈ ਅਤੇ ਮਤਲਬ ਕਿਹੜੇ ਵਜਨ ਤੋਂ ਕਬੱਡੀ ਤੁਸੀਂ ਸ਼ੁਰੂ ਕੀਤੀ ਅਤੇ ਅੱਜ ਕੱਲ੍ਹ ਵੀਰੇ ਕਿਹੜਾ ਵਜਨ ਜਿਹੜਾ ਤੁਸੀਂ ਖੇਡ ਰਹੇ ਹੋ ਬਾਈ ਮੈਂ 22 ਕਿਲੋ ਤੋਂ ਖੇਡਣੀ ਸ਼ੁਰੂਆਤ ਕੀਤੀ ਸੀਗੀ ਜੀਦੇ ਖੇਡੇ ਸੀ ਪਹਿਲਾ ਮੈਚ ਬਾਈ ਠੀਕ ਆ ਜੀ ਮਤਲਬ 2016 ਦੇ ਵਿੱਚ ਖੇਡਣੀ ਸ਼ੁਰੂ ਕੀਤੀ ਸੀ ਬਾਈ ਮੈਂ ਠੀਕ ਆ ਜੀ 2016 ਤੁਸੀਂ ਦੱਸਿਆ ਵੀ ਕਬੱਡੀ ਆਪਾਂ ਸ਼ੁਰੂ ਕੀਤੀ ਆ ਅਤੇ 22 ਕਿਲੋ ਤੋਂ ਬਾਅਦ ਫਿਰ ਕਿਹੜਾ ਕਿਹੜਾ ਵਜਨ ਖੇਡਦੇ ਅਤੇ ਹੁਣ ਤੱਕ ਕਿਹੜਾ ਵਜਨ ਅੱਜ ਦੇ ਸਮੇਂ 'ਚ ਤੁਸੀਂ ਕਿਹੜਾ ਵਜਨ ਖੇਡ ਰਹੇ ਹੋ ਬਾਈ ਅੱਜ ਦੇ ਸਮੇਂ 'ਚ ਬਾਈ ਮੈਂ 65 ਕਿਲੋ ਦੇ ਮੈਚ ਖੇਡਦਾ ਠੀਕ ਆ 65-70 ਕਿਲੋ ਤੱਕ ਬਾਈ ਮੈਚ ਖੇਡਦਾ ਹੀ ਜਿਆ ਵਧੀਆ ਪ੍ਰਦਰਸ਼ਨ ਕਰਦੇ ਬਾਈ ਆਪਾਂ ਠੀਕ ਆ ਬਾਈ ਹਾਂਜੀ ਮਤਲਬ ਅੱਜ ਤੱਕ ਵਜਨੀ ਕਬੱਡੀ ਤੁਸੀਂ ਹੌਲੀ ਹੌਲੀ ਖੇਡ ਕੇ ਉੱਪਰ ਨੂੰ ਆਏ ਹੋ ਨਾ 65 ਕਿਲੋ ਵਜਨ ਤੁਸੀਂ ਦੱਸਿਆ 65-70 ਦੇ ਮੈਚ ਮੈਂ ਖੇਡਦਾ ਵੀਰੇ ਕੀ ਕੁਝ ਜਿੱਤ ਚੁੱਕੇ ਹੋ ਤਾਂ ਕੀ ਕਿਹੜੀ ਕਿਹੜੀ ਚੀਜ਼ ਨਾਲ ਆਪਣਾ ਸਨਮਾਨ ਹੋਇਆ ਜਿਵੇਂ ਵਿਸ਼ੇਸ਼ ਤੌਰ 'ਤੇ ਆਪਾਂ ਸਨਮਾਨ ਆਪਾਂ ਕਹਿ ਦਈਏ ਨਾ ਵੀ ਬੈਸਟ ਕਿੱਥੋਂ ਕਿੱਥੋਂ ਰਹੇ ਹਾਂ ਅਤੇ ਕਿਹੜੀ ਕਿਹੜੀ ਚੀਜ਼ ਆਪਾਂ ਬੈਸਟ ਹਾਸਲ ਬਈ ਮੈਂ ਨਾ ਫੱਗੂ ਕੂਲਰ ਜਿੱਤਿਆ ਸੀਗਾ ਠੀਕ ਆ ਜੀ 65 ਕਿਲੋ ਵਿੱਚ ਹੁਣ ਜਿੱਤਿਆ ਹੈਗਾ ਬਈ ਠੀਕ ਆ ਜੀ ਕੂਲਰ ਆਪਾਂ ਨੂੰ ਸਨਮਾਨ ਦਿੱਤਾ ਪਹਿਲਾਂ ਬਈ ਅਤੇ ਇੱਕ ਆਪਾਂ ਨੂੰ ਫੈਮਿਲੀ ਸਨਮਾਨ ਹੋਇਆ ਬਈ ਠੀਕ ਆ ਜੀ ਅਤੇ ਬਈ ਕੱਪ ਨਾਲ ਦ੍ਰਿਸ਼ ਨਾਲ ਸਨਮਾਨ ਹੋਇਆ ਬਈ ਅਤੇ ਜ਼ਿੰਦਗੀ ਦਾ ਇੱਕ ਅਜਿਹਾ ਮੈਚ ਹੋਵੇ ਵੀ ਜਿਹੜਾ ਤੁਹਾਨੂੰ ਮਤਲਬ ਓਪਨ ਦੇ ਵਿੱਚ ਜਾ ਕੇ ਵੀ ਜਾਂ ਅਕੈਡਮੀਆਂ ਦੇ ਵਿੱਚ ਜਾ ਕੇ ਵੀ ਭੁੱਲਣ ਨਾ ਵਾਲਾ ਹੋਵੇ ਵੀ ਹਾਂ ਵੀ ਮੈਂ ਵਜਨੀ ਦੇ ਵਿੱਚ ਆਹ ਮੈਚ ਖੇਡਿਆ ਸੀਗਾ ਆਹ ਮੈਚ ਦਾ ਪ੍ਰਦਰਸ਼ਨ ਅੱਜ ਵੀ ਚੇਤਿਆ ਮੈਨੂੰ ਮਤਲਬ ਜਿੰਨਾ ਵੀ ਉੱਪਰ ਜਾਓ ਤੁਸੀਂ ਉਸ ਦਿਨ ਨੂੰ ਅਤੇ ਉਸ ਮੈਚ ਨੂੰ ਹਮੇਸ਼ਾ ਹੀ ਯਾਦ ਰੱਖੋ ਬਈ ਮੈਂ ਨਾ ਰਾਣੀ ਵਾਲੇ ਮੈਚ ਖੇਡਿਆ ਸੀਗਾ ਠੀਕ ਆ ਜੀ ਮੈਂ ਅਤੇ ਸੰਦੀਪ ਬਈ ਦੋਵੇਂ ਸੀਗਾ ਆਪਣਾ ਭਰਾ ਸੰਦੀਪ ਬਾਜਿਆ ਦਾ ਬਈ ਠੀਕ ਆ ਬਈ ਅਸੀਂ ਦੋਵੇਂ ਖੇਡਦੇ ਗਏ ਉੱਥੇ ਬਈ ਟੀਮਾਂ ਹੀ ਬਹੁਤ ਦੌੜੀਆਂ ਬਣੀਆਂ ਹੈਗੀਆਂ ਬਈ ਅਤੇ ਅਸੀਂ ਮੈਂ ਸੰਦੀਪ ਦੋਵੇਂ ਸੀਗੇ ਬਈ ਠੀਕ ਆ ਜੀ ਅਤੇ ਬਈ ਨੰਬਰ ਉੱਤੇ 20 ਵੀ ਦਿੰਦੇ ਸੀਗੇ ਠੀਕ ਆ ਬਈ ਸਾਰੀਆਂ ਟੀਮਾਂ ਹੀ ਬਈ ਯਾਰ ਹਰਾਂਗਾ ਬਹੁਤ ਪੁਆਇੰਟਾਂ ਨਾਲ ਹਰਾਂਗਾ ਬਈ ਠੀਕ ਆ ਜੀ ਅਤੇ ਇੱਕ ਉੱਥੇ ਨੰਬਰ ਬਹੁਤ ਸੀ ਉਹ ਮੈਚ ਬਈ ਯਾਦਗਰੀ ਮੈਚ ਆ ਜਾਂਦਾ ਠੀਕ ਆ ਬਈ ਮੈਂ ਪੁੱਛਣਾ ਚਾਹਾਂ ਬਈ ਟੀਮਾਂ ਮਤਲਬ ਕਿੰਨੀਆਂ ਕੁ ਨੂੰ ਰਨ ਕਰਕੇ ਤੁਸੀਂ ਉਹ ਮੈਚ ਜਿੱਤੇ ਹੈ ਨਾ ਅਤੇ ਕਿੰਨੀਆਂ ਕੁ ਟੀਮਾਂ ਨੂੰ ਹਰਾਇਆ ਅਤੇ ਮਤਲਬ ਮੈਕਸੀਮਮ ਤੁਹਾਨੂੰ ਪਤਾ ਮਾਲਵੇ ਦੇ ਵਿੱਚ 70-70 ਟੀਮਾਂ ਵੀ ਹੋ ਜਾਂਦੀਆਂ ਹੈ ਨਾ 50-50 ਵੀ ਹੋ ਜਾਂਦਾ ਕਈ ਵਾਰੀ 20 ਟੀਮਾਂ ਹੀ ਰਹਿ ਜਾਂਦੀਆਂ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਉਸ ਟਾਈਮ ਕਿੰਨੀਆਂ ਟੀਮਾਂ ਨੂੰ ਰਨ ਕਰਕੇ ਜਿਹੜਾ ਫਾਈਨਲ ਮੈਚ ਖੇਡੇ ਸੀ ਅਸੀਂ ਬਈ 10 ਟੀਮਾਂ ਨੂੰ ਰਨ ਕਰਕੇ ਮੈਚ ਜਿੱਤੇ ਸੀ ਠੀਕ ਆ ਜੀ ਅਤੇ ਹੋਰ ਵੀਰੇ ਤੁਸੀਂ ਮਤਲਬ ਕਬੱਡੀ ਵੇਖ ਕੇ ਕਿਹਨੂੰ ਸ਼ੁਰੂ ਕੀਤੀ ਆ ਬਈ ਆਪਣੇ ਪਿੰਡ ਦੇ ਮੁੰਡੇ ਖੇਡਦੇ ਹੁੰਦੇ ਸੰਦੀਪ ਉਹਦੀ ਹੁੰਦੇ ਇੱਥੋਂ ਦੀ ਬਈ ਠੀਕ ਆ ਜੀ ਉਹਨੂੰ ਦੇਖ ਕੇ ਸ਼ੁਰੂਆਤ ਕੀਤੀ ਸੀ ਬਈ ਆਪਣੇ ਬਾਗਲੂ ਦੇ ਮੁੰਡੇ ਖੇਡਦੇ ਆ ਨਾ ਬਈ ਠੀਕ ਆ ਆਪਣਾ ਭਰਾ ਹੀ ਆ ਬਈ ਜੱਗੇ ਬਿੱਲੀ ਹੋਈ ਨਾ ਜਲਸਾ ਬਿੱਲੀ ਬਈ ਹੋਰ ਹੁਸਨਾ ਮੁੰਡਾ ਖੇਡਦਾ ਬਈ ਠੀਕ ਆ ਜੀ ਇਹਨਾਂ ਨੂੰ ਦੇਖ ਕੇ ਸ਼ੁਰੂਆਤ ਕੀਤੀ ਬਈ ਠੀਕ ਆ ਜੀ ਸ਼ੁਰੂਆਤੀ ਦੌਰ ਦੇ ਵਿੱਚ ਵੀਰੇ ਆਪਣਾ ਮਤਲਬ ਕੀ ਪ੍ਰਦਰਸ਼ਨ ਸੀਗਾ ਅਤੇ ਅੱਜ ਦੇ ਸਮੇਂ 'ਚ ਤੁਹਾਡਾ ਕੀ ਪ੍ਰਦਰਸ਼ਨ ਹੈ ਕਬੱਡੀ ਦੇ ਬਈ ਸ਼ੁਰੂਆਤੀ ਦੌਰ 'ਤੇ ਬੜਾ ਮਾੜਾ ਪ੍ਰਦਰਸ਼ਨ ਹੀ ਸੀਗਾ ਬਈ ਠੀਕ ਆ ਜੀ ਉਹ ਖੇਡਦੇ ਗਏ ਨਾ ਅੱਗੇ ਅੱਗੇ ਪਹਿਲਾਂ ਤਾਂ ਬਈ ਹਾਰਦੇ ਸੀ ਘਰ ਦੇ ਕਹਿੰਦੇ ਨਾ ਜਾਇਆ ਕਰੋ ਖੇਡਣ ਬਈ ਡੇਲੀ ਹਾਰਦੇ ਸੀਗੇ ਠੀਕ ਆ ਜੀ ਅਤੇ ਹੁਣ ਬਈ ਜਿੱਤਦੇ ਸੀਗੇ ਹੈ ਨਾ ਹਾਂਜੀ ਅਤੇ ਹੁਣ ਵਧੀਆ ਪ੍ਰਦਰਸ਼ਨ ਹੁੰਦਾ ਸੀਗਾ ਬਈ ਠੀਕ ਆ ਬਈ ਅਤੇ ਘਰੋਂ ਕਿੱਦਾਂ ਦੀ ਸਪੋਰਟ ਆ ਜਾਂ ਪਹਿਲਾਂ ਸਪੋਰਟ ਕਿੱਦਾਂ ਕਰਦੇ ਜਾਂ ਹੁਣ ਥੋੜ੍ਹਾ ਤੁਸੀਂ ਤਕੜਾ ਖੇਡਣ ਲੱਗ ਗਏ ਉਹਦਾ ਹੁਣ ਘਰ ਦੇ ਕੀ ਸਾਥ ਦਿੰਦੇ ਆ ਵੀਰੇ ਬਈ ਪਹਿਲਾਂ ਹੀ ਦੱਸਿਆ ਹੀ ਆ ਵੀ ਘਰ ਦੇ ਕਹਿੰਦੇ ਵੀ ਰਹਿਣ ਦੋ ਖੇਡਣ ਨਾ ਬਈ ਠੀਕ ਹੈ ਤਾਂ ਮੈਂ ਖੇਡ ਕੇ ਆ ਜੇ ਘਰੋਂ ਪੈਸੇ ਲੈ ਕੇ ਆਉਂਦੇ ਸੀ ਬਈ ਠੀਕ ਆ ਜੀ ਅਤੇ ਹੁਣ ਬਈ ਜਿੱਤਦੇ ਹੈ ਨਾ ਬਾਕੀ ਘਰਦਿਆਂ ਦੀ ਬਈ ਫੁੱਲ ਸਪੋਰਟ ਆਪਾਂ ਨੂੰ ਬਈ ਖੇਡਣ ਦੌਰ 'ਤੇ ਸਭ ਤੋਂ ਵੱਧ ਸਪੋਰਟ ਘਰ ਦੇ ਵਿੱਚੋਂ ਕੌਣ ਕਰਦਾ ਵੀ ਹਾਂ ਆਪਾਂ ਨੂੰ ਹੁੰਦਾ ਵੀ ਹਾਂ ਮੇਰੀ ਮੰਮੀ ਜਾਂ ਮੇਰਾ ਬ੍ਰਦਰ ਜਾਂ ਮੇਰੇ ਡੈਡੀ ਮੇਰੀ ਹੈ ਨਾ ਵੱਧ ਸਪੋਰਟ ਕਰਦੇ ਆ
ਸਭ ਤੋਂ ਵੱਧ ਫੈਮਿਲੀ ਦੇ ਵਿੱਚ ਆਪਣੀ ਕੌਣ ਸਪੋਰਟ ਕਰਦਾ ਬਈ? ਬਈ ਸਪੋਰਟ ਤਾਂ ਸਾਰੀ ਕਰਦੇ ਹਨ ਵੀ ਘਰ ਦੇ ਕਹਿੰਦੇ ਤੂੰ ਖੇਡ ਹੀ ਗੱਲਾ ਵੀ ਕੰਮ ਕਰ ਹੈਨੀਗਾ ਵੀ ਘਰ ਦੇ ਕਹਿੰਦੇ ਖੇਡ ਹੀ ਬਈ। ਆਪਣਾ ਭਰਾ ਵੱਡਾ ਵੀ ਉਹ ਵੀ ਕਹਿੰਦਾ ਤੂੰ ਖੇਡਣਾ ਹੀ ਹੋਰ ਕੋਈ ਕੰਮ ਨਹੀਂ ਕਰਨਾ ਬਈ। ਠੀਕ ਹੈ ਜੀ। ਹਾਂਜੀ ਬਈ। ਮਤਲਬ ਆਹ ਸਾਲ ਤੁਸੀਂ ਆਹ ਸੀਜ਼ਨ ਹੁਣ ਔਫ ਹੋ ਗਿਆ ਨਾ, ਅਤੇ ਤੁਸੀਂ ਦੱਸ ਰਹੇ ਹੋ ਵੀ ਮੈਂ 65-70 ਦੇ ਮੈਚ ਖੇਡਿਆ, ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਕੀ ਆਸ ਰੱਖ ਸਕਦੇ ਹੋ ਵੀਰੇ ਵੀ ਆਉਣ ਵਾਲਾ ਸਮਾਂ ਤੁਸੀਂ ਕਿਹੜਾ ਵਜਨ ਖੇਡੋਗੇ ਜਾਂ ਅਗਾਂਹ ਓਪਨ ਦੇ ਵਿੱਚ ਐਂਟਰੀ ਕਰੋਗੇ ਵੀਰੇ? ਬਈ ਯਾਰ ਕਿ 65 ਕਿਲੋ ਖੇਡੀਏ ਅਤੇ ਅਗਲੇ ਆਉਂਦੇ ਸੀਜ਼ਨ ਬਈ ਅਸੀਂ 75 ਕਿਲੋ ਦੇ ਮੈਚ ਖੇਡਾਂਗੇ, 75 ਓਪਨ ਦੇ ਹੀ ਮੈਚ ਖੇਡਾਂਗੇ ਬਈ ਵਿੱਚ। ਠੀਕ ਆ ਬਈ। ਅੱਜ ਦਾ ਕਾਕੇ ਹੈ ਨਾ, ਜਿਵੇਂ ਪਿੱਛੇ ਜੇ ਟੂਰਨਾਮੈਂਟ ਹੋਇਆ ਸੀ ਵੀ ਸਰਾਵਾਂ ਪਿੰਡ ਦਾ ਮੁੰਡਾ ਲੱਖਾ ਸਾਰੀ ਦੁਨੀਆ ਹੀ ਜਾਣਦੀ ਆ, ਉਹਨੇ ਵਜ਼ਨ ਥੋੜ੍ਹੇ ਦੇ ਵਿੱਚ ਇੱਕ ਵੱਖਰਾ ਰਿਕਾਰਡ ਬਣਾਇਆ ਸੀ, 60 ਕਿਲੋ 62 ਕਿਲੋ ਖੈਰ ਵਜ਼ਨ ਸੀਗਾ ਉਹਦਾ, ਤਾਂ ਓਪਨ ਦੇ ਵਿੱਚ ਉਹਨੇ ਇੱਕ ਜੱਫਾ ਲਾ ਕੇ ਮਾੜੀ ਵਾਲੇ ਸਿਕੰਦਰ ਨੂੰ ਮੋਟਰਸਾਈਕਲ ਦਿੱਤਾ ਸੀ। ਕੋਈ ਇੱਦਾਂ ਦਾ ਸੀਨ ਹੋਵੇ ਹੈ ਨਾ ਵੀ ਤੁਸੀਂ ਓਪਨ ਦਾ ਮੈਚ ਖੇਡੋਗੇ ਤਾਂ ਉਹ ਵੀ ਤੁਹਾਨੂੰ ਯਾਦਗਰੀ ਰਿਹਾ ਹੋਵੇ ਵੀ ਹਾਂ ਮੈਂ ਓਪਨ ਦਾ ਮੈਚ ਖੇਡਿਆ ਯਾਰ, ਵਜ਼ਨ ਦੇ ਮੁਤਾਬਕ ਵਧੀਆ ਰੇਡਾਂ ਪਾਈਆਂ, ਚਲੋ ਪ੍ਰਦਰਸ਼ਨ ਵਧੀਆ ਸੀਗਾ ਨਾ। ਬਈ ਅਸੀਂ ਨਾ ਬੇਰੀ ਸਾਹਿਬ ਮੈਚ ਖੇਡਣ ਗਏ ਇੱਧਰ ਜੀਰੇ ਲਾਗੇ। ਠੀਕ ਆ ਜੀ। ਅਤੇ ਉੱਥੇ ਅਸੀਂ ਬਈ 65 ਕਿਲੋ ਖੇਡਦੇ, 65 ਕਿਲੋ ਸਾਡਾ ਫਾਈਨਲ ਮੈਚ ਰਹਿੰਦਾ ਹੈਗਾ ਬਈ। ਠੀਕ ਆ ਜੀ। ਅਤੇ ਅਸੀਂ ਬਈ ਟੀਮ ਨਹੀਂ ਮੈਨੂੰ ਯਾਦ ਬਈ ਉਹਨਾਂ ਖੇਡਣ ਲੱਗ ਗਏ ਬਈ। ਅਤੇ ਸਾਡਾ ਮੈਚ ਆ ਗਿਆ ਬਈ, ਉਹ 'ਚ ਬਈ ਇੱਕ ਸੀਗਾ ਆਪਣਾ ਗੁਰੀ ਖਗਰਾਣੇ ਵਾਲਾ ਬਈ, ਨਿੱਕਾ 4 ਕਰੋੜ ਸੀਗਾ। ਠੀਕ ਆ ਜੀ। ਅਤੇ ਸੇਵਕ ਸਰਾਵਾਂ, ਸੇਵਕ ਬਈ ਆਪਣਾ ਮਈਆਂ ਵਾਲੇ ਵਾਲਾ। ਠੀਕ ਆ ਜੀ। ਉਹਨਾਂ ਮੈਚ ਸੀਗਾ ਬਈ। ਠੀਕ ਆ ਜੀ। ਉੱਧਰ ਬਈ ਮੈਨੂੰ 3 ਜੱਫੇ ਸੀਗੇ, ਇੱਧਰ ਸੰਦੀਪ ਨੇ 1 ਜੱਫਾ ਲਾਇਆ ਸੀਗਾ। ਠੀਕ ਆ। ਉਹ ਬਈ ਵਧੀਆ ਮੈਚ ਸਾਡਾ ਲੱਗਿਆ ਸੀਗਾ ਬਈ ਉਹਨਾਂ ਨੂੰ। ਠੀਕ ਆ ਜੀ। ਮਤਲਬ ਵਜਨ ਹੀ ਖੇਡ ਕੇ ਓਪਨ ਦੇ ਵਿੱਚ ਸਕੂਨ ਮਿਲਿਆ ਤੁਹਾਨੂੰ ਖੇਡ ਕੇ? ਬਹੁਤ ਵਧੀਆ ਲੱਗਿਆ ਬਈ, ਐਂ ਨਹੀਂ ਲੱਗਿਆ ਵੀ ਮੈਚ ਹਾਰ ਗਏ ਨਾ, ਵੀ ਵਧੀਆ ਲੱਗਿਆ ਖੇਡਣਾ ਬਈ ਉੱਥੇ। ਠੀਕ ਆ ਬਈ। ਹਾਂਜੀ ਬਈ। ਅਤੇ ਇੱਕ ਹੋਰ ਵੀਰੇ ਵੀ ਆਪਣੇ ਏਰੀਏ ਦੀ ਕਬੱਡੀ ਅਤੇ ਮਾਲਵੇ ਅਤੇ ਮਾਝੇ ਨਾਲੋਂ ਜਾਂ ਦੁਆਬੇ ਨਾਲੋਂ ਤੁਸੀਂ ਕੀ ਫਰਕ ਸਮਝਦੇ ਹੋ ਆਪਣੇ ਏਰੀਏ ਦੀ ਕਬੱਡੀ ਦਾ ਬਈ? ਆਪਣੇ ਏਰੀਏ 'ਚ ਬਈ ਥੋੜ੍ਹਾ ਟਾਈਮ ਘੱਟ ਦਿੰਦੇ ਆ ਬਈ। ਠੀਕ ਆ ਜੀ। ਆਪਾਂ ਇੱਧਰ ਮਾਝੇ ਏਰੀਏ ਖੇਡਣ ਜਾਂਦੇ, ਉੱਧਰ ਬਈ ਟਾਈਮ ਖੁੱਲ੍ਹਾ ਹੁੰਦਾ ਥੋੜ੍ਹਾ। ਠੀਕ ਆ ਜੀ। ਬਈ ਜੇ ਟਾਈਮ ਖੁੱਲ੍ਹਾ ਹੋਊਗਾ ਪਲੇਅ ਫੇਰ ਹੀ ਪਲੇਅਰ ਤਗੜਾ ਹੁੰਦਾ ਬਈ, ਦੋ ਆਪਣੇ ਏਰੀਏ 'ਚ ਇੱਧਰ 3-3 ਨੰਬਰ ਦੇ ਕੇ ਨਾ। ਹਾਂ ਬਈ। ਮੈਂ ਜਲਦੀ ਨਿਬੇੜ ਦਿੰਦੇ ਆ ਬਈ, ਅਤੇ ਫਿਰ ਉਹ ਬੰਦਾ ਤਗੜਾ ਨਹੀਂ ਹੁੰਦਾ ਜਲਦੀ। ਅਤੇ ਇੱਕ ਨੂੰ ਲੈ ਕੇ ਚੱਲਦਾ ਕਾਕੇ ਵੀ ਹਾਂ, ਆਪਣੇ ਮਾਲਵੇ ਦੇ ਵਿੱਚ ਐਂਟਰੀ ਫੀਸ ਜ਼ਿਆਦਾ ਹੁੰਦੀ ਆ, ਇਨਾਮ ਘੱਟ ਹੁੰਦੇ ਆ, ਅਤੇ ਉਹ ਹੀ ਗੱਲ ਕਰ ਲਈਏ ਆਪਾਂ ਦੁਆਬੇ ਦੀ ਹੈ ਨਾ। ਦੁਆਬੇ ਦੇ ਵਿੱਚ ਸੀਮਤ ਟੀਮਾਂ ਰੱਖਦੇ ਆ, ਆਪਦੇ ਮੈਚ ਕਰਾਉਂਦੇ ਆ, ਭਾਵੇਂ ਵਜਨੀ ਹੋਵੇ ਭਾਵੇਂ ਓਪਨ ਹੋਵੇ ਹੈ ਨਾ। ਤਾਂ ਮਾਲਵੇ ਨਾਲੋਂ ਦੁਆਬੇ ਦੀ ਕਬੱਡੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਈ? ਬਈ ਦੁਆਬੇ ਦੀ ਕਬੱਡੀ ਬਾਰੇ ਇਹੀ ਕਹਿਣਾ, ਜਦੋਂ ਉੱਧਰ ਬਈ ਟੀਮਾਂ ਵੀ ਘੱਟ ਐਂਟਰ ਕਰਦੇ ਆ ਨਾ, ਪਰਾਏ ਵੀ ਵੱਧ ਹੁੰਦੇ ਆ ਬਈ। ਠੀਕ ਆ ਜੀ। ਅਤੇ ਆਪਣੇ ਏਰੀਏ ਬਈ ਹੁਣ ਐਂਟਰੀ ਵੱਧ ਹੁੰਦੀ ਆ, ਪਰਾਏ ਘੱਟ ਹੁੰਦਾ ਬਈ। ਹੁਣ 350 ਤਕਰੀਬਨ ਬਈ ਐਂਟਰੀ ਹੁੰਦੀ ਆ, ਨਾਮ ਮੰਨ ਲਓ ਬਈ ਹੁਣ ਆਪਾਂ ਕਹਿ ਦਈਏ 50 ਕਿਲੋ ਜਾਂ 55 ਕਿਲੋ ਦਾ ਬਈ, 4100-3100 ਹੁੰਦਾ ਬਈ, 65 ਕਿਲੋ ਦਾ ਮੰਨ ਲਓ 6100-7100, ਇੰਨਾ ਕੁ ਪ੍ਰਾਈਜ਼ ਹੁੰਦਾ ਬਈ। ਠੀਕ ਆ ਬਈ। ਇੱਕ ਕਾਕੇ ਮੈਂ ਤੁਹਾਨੂੰ ਪੁੱਛਣਾ ਚਾਹਾਂ ਵੀ ਤੁਸੀਂ 22 ਕਿਲੋ ਤੋਂ ਕਬੱਡੀ ਸ਼ੁਰੂ ਕੀਤੀ ਆ ਨਾ, ਤੁਸੀਂ ਦੱਸਿਆ ਵੀ 22 ਕਿਲੋ 28 ਕਿਲੋ 35 ਕਿਲੋ 40 45 50 55 ਹੁਣ 65 ਨਾ, ਤੁਸੀਂ ਵਜਨੀ ਕਬੱਡੀ ਨੂੰ ਅਤੇ ਹਾਈ ਲੈਵਲ ਦੀ ਕਬੱਡੀ ਨੂੰ, ਜਿੱਦਾਂ ਆਪਾਂ ਕਹਿ ਦਈਏ ਵੀ ਹਾਈ ਵਜਨ ਦੀ ਕਬੱਡੀ ਨੂੰ, ਜਿਵੇਂ ਹੁਣ ਤੁਸੀਂ ਗਰਾਊਂਡ ਲੈਵਲ ਤੋਂ ਆਇਆ, ਜਿਵੇਂ ਆਪਾਂ ਕਹਿ ਦਈਏ ਵੀ 22 ਕਿਲੋ ਤੋਂ ਚੱਲ ਕੇ ਆਇਓ, ਹੌਲੀ ਹੌਲੀ ਤੁਸੀਂ ਵੱਧਦੇ ਵੱਧਦੇ ਅੱਜ 65 ਕਿਲੋ 'ਤੇ ਆ ਗਏ, 22 ਕਿਲੋ ਤੋਂ ਲੈ ਕੇ 50 ਕਿਲੋ ਦੇ ਵਜਨ ਤੱਕ, ਅਤੇ 65 ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਬਈ? ਬਈ ਜਿੱਦਾਂ ਹੁਣ ਆਏ ਆ ਵੀ ਗੱਲ ਵੀ ਹੁਣ ਮਤਲਬ 50 ਕਿਲੋ ਦੇ ਮੈਚ ਚੱਲੀ ਜਾਂਦੇ ਬਈ। ਹਾਂਜੀ। ਅਤੇ ਬਾਅਦ 'ਚ ਬਈ 65 ਕਿਲੋ ਦੇ ਮੈਚ ਚੱਲਦੇ ਆ ਨਾ ਬਈ। ਹਾਂਜੀ। ਅਤੇ ਉਹਨਾਂ ਨੇ ਮੰਨ ਲਓ ਵੀ ਉਹ ਪਹਿਲਾਂ ਸੈਮੀ ਮੈਚ ਲੇਟ ਕਰਾਉਂਦੇ ਨਾ ਬਈ। ਠੀਕ ਆ ਜੀ। ਉਹਨਾਂ ਮੈਚ ਲੇਟ ਕਰਾਉਂਦੇ ਬਾਅਦ 'ਚ ਬਈ ਉਹਨਾਂ ਨੂੰ ਜਦੋਂ ਮਤਲਬ 65 ਕਿਲੋ ਵੱਡੇ ਮੈਚ ਚੱਲ ਪੈਂਦੇ ਆ ਬਈ, ਹਾਂਜੀ, ਉਹਨਾਂ ਨੂੰ ਬਈ ਛੋਟੇ ਲੈਵਲ ਵਾਲੇ ਪਲੇਅਰ ਨੂੰ ਭੁੱਲ ਜਾਂਦੇ ਆ ਬਈ, ਨਾਂ ਦੇਖਣਾ ਪਸੰਦ ਕਰਦੇ ਆ ਬਈ ਬਾਅਦ ਵਿੱਚ। ਹਾਂਜੀ ਬਈ। ਮਤਲਬ ਇੱਕ ਹੋਰ ਆ ਵੀਰੇ, ਜਿਵੇਂ ਓਪਨ ਦੇ ਵਿੱਚ ਮੈਚ ਚੱਲੀ ਜਾਂਦੇ ਆ, 65 ਦੇ ਬਾਅਦ ਓਪਨ ਦੇ ਮੈਚ ਆ ਨਾ, ਸੈਮੀ ਮੈਚ ਚੱਲ ਪਏ 65 ਦੇ ਨਾ, ਉਸ ਤੋਂ ਬਾਅਦ ਓਪਨ ਮੰਨ ਲਓ ਆਪਣੀ ਚੱਲੀ ਜਾਂਦੀ ਆ, ਇੱਕ ਮੈਚ ਰੱਖ ਲੈਂਦਾ ਵੀ ਫਾਈਨਲ ਕਰਾ ਕੇ, ਸੈਮੀ ਓਪਨ ਦੇ ਹੋਣਗੇ ਫਾਈਨਲ ਬਾਅਦ 'ਚ ਹੋਊਗਾ 65 ਦਾ ਹੈ ਨਾ, ਉਹ ਆ, ਅਤੇ ਉਹਦੇ ਬਾਰੇ ਤੁਸੀਂ ਕਮੇਟੀਆਂ ਨੂੰ ਵੀਰੇ ਕੀ ਕਹਿਣਾ ਚਾਹੁੰਦੇ? ਵੀ ਹਨੇਰਾ ਬਹੁਤ ਹੋ ਜਾਂਦਾ ਨਾ, ਵੀ ਜਿਹੜੇ ਪਲੇਅਰ ਆਪਣੇ ਵਜਨੀ ਵਾਲੇ ਹੁੰਦੇ ਆ, ਜ਼ਿਆਦਾਤਰ ਮੁੰਡੇ ਨੋਰਮਲ ਘਰਾਂ 'ਚੋਂ ਗਰੀਬ ਘਰਾਂ 'ਚੋਂ ਉੱਠ ਕੇ ਆਉਂਦੇ ਆ ਨਾ, ਅਤੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਵੀ ਰਾਹ ਦੇ ਵਿੱਚ ਨਾ ਬਹੁਤ ਕਠਿਨਾਈਆਂ ਆਉਂਦੀਆਂ, ਕਈ ਮੋਟਰਸਾਈਕਲਾਂ 'ਤੇ ਹੁੰਦੇ ਆ ਵਿਚਾਰੇ, ਕਈ ਤਾਂ ਇੱਦਾਂ ਦੇ ਵੀ ਹੁੰਦੇ ਆ ਕਾਕੇ ਵੀ ਹੱਥ ਦੇ ਕੇ ਵੀ ਆਉਂਦੇ ਆ ਨਾ, ਉਹਨਾਂ ਬਾਰੇ ਬਈ ਤੁਸੀਂ ਕੀ ਕਹਿਣਾ ਚਾਹੋਗੇ? ਬਈ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਬਾਅਦ 'ਚ ਛੋਟੇ ਲੈਵਲ ਵਾਲੇ ਪਲੇਅਰਾਂ ਨੂੰ ਤਾਂ ਨਾਂ ਦੇਖਣਾ ਹੀ ਪਸੰਦ ਕਰਦੇ ਆ ਬਈ। ਹਾਂ ਹਾਂ ਬਈ। ਇੱਕ ਬਾਕੀ ਬਈ ਹਨੇਰਾ ਬਹੁਤ ਹੋ ਜਾਂਦਾ ਓਪਨ ਵਾਲੇ ਪਲੇਅਰ, ਬਈ ਆਪਦੇ ਸਾਧਨ ਹੁੰਦੇ ਉਹਨਾਂ ਕੋਲ ਨਾ, ਗੱਡੀਆਂ ਆਉਂਦੀਆਂ। ਠੀਕ ਆ ਬਈ। ਬਾਕੀ ਜਿਹੜੇ ਵਜਨੀ ਪਲੇਅਰ ਹੁੰਦੇ ਆ ਬਈ, ਉਹ ਮੋਟਰਸਾਈਕਲਾਂ 'ਤੇ ਜਾਂ ਕਾਹੇ 'ਤੇ ਜਾਂਦੇ ਨਾ, ਬਈ ਉਹ ਔਖਾ ਹੋ ਜਾਂਦਾ ਥੋੜ੍ਹਾ, ਬਈ ਕਮੇਟੀਆਂ ਨੂੰ ਇਹੀ ਬੇਨਤੀ ਆ ਬਈ। ਹਾਂਜੀ। ਵੀ ਸਮੇਂ ਸਿਰ ਮੈਚ ਕਰਾਏ ਜਾਣ ਵਜਨੀ ਦੇ ਬਈ। ਠੀਕ ਆ ਬਈ। ਇੱਕ ਕਾਕੇ ਹੋਰ ਵੀ, ਜਦੋਂ ਕਬੱਡੀ ਸ਼ੁਰੂ ਕੀਤੀ ਸੀ, ਘਰ ਦੇ ਹਾਲਾਤ ਕਿੱਦਾਂ ਦੇ ਸੀਗੇ ਵੀਰੇ?
ਬਈ ਘਰ ਦੇ ਹਾਲਾਤ ਤਾਂ ਥੋੜ੍ਹੇ ਡਾਊਨ ਸੀਗੇ ਪਹਿਲਾਂ ਬਈ ਠੀਕ ਆ ਬਈ ਅਤੇ ਜਦੋਂ ਦੇ ਬਈ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਆ ਠੀਕ ਆ ਬਈ ਥੋੜ੍ਹੇ ਸਹੀ ਹੋਇਆ ਵੀ ਹਾਲਾਤ ਘਰ ਠੀਕ ਆ ਬਈ ਇੱਕ ਹੋਰ ਵੀਰੇ ਵੀ ਜਿਵੇਂ ਕਬੱਡੀ ਤੁਸੀਂ ਦੱਸ ਰਹੇ ਹੋ ਵੀ ਘਰ ਦੇ ਹਾਲਾਤ ਥੋੜ੍ਹਾ ਡਾਊਨ ਹੀ ਸੀਗੇ ਅਤੇ ਆਪਣੇ ਬਾਪੂ ਜੀ ਕੀ ਕਰਦੇ ਆ ਵੀਰੇ ਬਾਪੂ ਜੀ ਬਈ ਖੇਤੀਬਾੜੀ ਦਾ ਕੰਮ ਕਰਦੇ ਆ ਬਈ ਠੀਕ ਆ ਜੀ ਠੀਕ ਆ ਮਤਲਬ ਕਬੱਡੀ ਦੇ ਜ਼ਰੀਏ ਤੁਹਾਡਾ ਘਰ ਦੇ ਵਿੱਚ ਥੋੜ੍ਹਾ ਬਦਲਾਵ ਆਇਆ ਨਾ ਅਤੇ ਕਬੱਡੀ ਆਪਣੀ ਮਾਂ ਖੇਡਿਆ ਅਤੇ ਹੋਰ ਤੁਸੀਂ ਕੀ ਜਿਹੜਾ ਕਬੱਡੀ ਦੇ ਵਿੱਚੋਂ ਹਾਸਲ ਕਰਨਾ ਚਾਹੋਗੇ ਵੀ ਜਾਂ ਕਿਹੜੇ ਪਲੇਅਰ ਵਰਗਾ ਇੱਕ ਪਲੇਟਫਾਰਮ ਲੈ ਕੇ ਚੱਲਦਾ ਹਰ ਇੱਕ ਪਲੇਅਰ ਵੀ ਮੈਂ ਇਸ ਪਲੇਅਰ ਵਰਗਾ ਬਣਾ ਹੈ ਨਾ ਅਤੇ ਕਿਹੜੇ ਪਲੇਅਰ ਵਰਗਾ ਤੁਸੀਂ ਬਣਨਾ ਚਾਹੁੰਦੇ ਹੋ ਬੱਗੇ ਪੈਂਦਾ ਬਈ ਠੀਕ ਆ ਬਈ ਆਪਾਂ ਉਹ ਬਹੁਤ ਵਧੀਆ ਪਲੇਅਰ ਲੱਗਦਾ ਬਈ ਆਪਾਂ ਉਹਨੂੰ ਦੇਖਾਂਗੇ ਪਸੰਦ ਕਰਦੇ ਹਾਂ ਠੀਕ ਆ ਬਈ ਅਤੇ ਤੁਸੀਂ ਰੇਡਰ ਬਾਰੇ ਦੱਸਿਆ ਕਾਕੇ ਜਾਫੀਆਂ ਦੇ ਵਿੱਚੋਂ ਹੁੰਦਾ ਵੀ ਹਾਂ ਆਹ ਜਾਫੀ ਵਧੀਆ ਪਸੰਦੀਦਾ ਜਾਫੀ ਮੈਂ ਇਹਨੂੰ ਵਧੀਆ ਮੰਨਦਾ ਨਾ ਅਤੇ ਉੱਪਣ ਦੇ ਵਿੱਚੋਂ ਕਿਹੜਾ ਵਧੀਆ ਜਾਫੀ ਆ ਜਿਹਨੂੰ ਤੁਸੀਂ ਵਧੀਆ ਮੰਨਦੇ ਹੋ ਜਾਫੀ ਬਈ ਆਪਾਂ ਨੂੰ ਖੁਸ਼ੀ ਦੁੱਗਿਆਂ ਵਾਲਾ ਵਧੀਆ ਲੱਗਦਾ ਬਈ ਠੀਕ ਆ ਬਈ ਉਹ ਬਈ ਮੂਹਰੇ ਹੋ ਕੇ ਜੱਫਾ ਲਾਉਣ ਦਾ ਦਮ ਲੱਗਦਾ ਬਈ ਠੀਕ ਆ ਬਈ ਅਤੇ ਆਪਾਂ ਰੱਬ ਹੈ ਨਾ ਮਾੜਾ ਸਮਾਂ ਦਾ ਪਹਿਲੀ ਗੱਲ ਲਿਆ ਵੀ ਨਾ ਕੱਕ ਗਏ ਅਤੇ ਵੀ ਮਾੜਾ ਸਮਾਂ ਤੁਹਾਡੇ ਸੱਟ ਵੀ ਲੱਗੀ ਰਹੀ ਆ ਮੈਨੂੰ ਪਤਾ ਹੈ ਨਾ ਵੀ ਸੱਟ ਦੇ ਦੌਰਾਨ ਅਤੇ ਥੋੜ੍ਹਾ ਬਹੁਤਾ ਨਾ ਜਦੋਂ ਅੱਜ ਮਤਲਬ ਤੁਹਾਡੀ ਗੁੱਡੀ ਅੰਬਰਾਂ ਦੇ ਆ ਵੀ ਹਰ ਬੰਦਾ ਘਰੋਂ ਆ ਕੇ ਲੈ ਕੇ ਜਾਂਦਾ ਨਾ ਅਤੇ ਕਿਤੇ ਮਾੜੇ ਹਾਲਾਤ ਬੰਦੇ 'ਤੇ ਆਉਂਦੇ ਆ ਜ਼ਿੰਦਗੀ ਹੈ ਨਾ ਅਤੇ ਮਾੜੇ ਹਾਲਾਤਾਂ ਦੇ ਵਿੱਚ ਤੁਹਾਡੇ ਨਾਲ ਕੌਣ ਖੜਿਆ ਸੀ ਵੀਰੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਬਈ ਪਹਿਲਾਂ ਜਦੋਂ ਤਬਲੇ ਦੇ ਸੱਟ ਵੱਜ ਜਾਂਦੇ ਉਦੋਂ ਤਾਂ ਬਈ ਕੋਈ ਪੌਦਾ ਖੇਡਣ ਤੌਰ 'ਤੇ ਠੀਕ ਆ ਬਈ ਬਈ ਕੋਈ ਫੋਨ ਵੀ ਨਹੀਂ ਕਰਦਾ ਹੈਗਾ ਬਾਈ ਕੀ ਗੱਲ ਬਈ ਅਤੇ ਬਈ ਆਪਣਾ ਸੰਦੀਪ ਆ ਨਾ ਮੁੰਡਾ ਬਾਜੇ ਵਾਲਾ ਠੀਕ ਆ ਬਈ ਉਹ ਬਈ ਆਪਾਂ ਨੂੰ ਫੋਨ ਕਰਦਾ ਰਹਿਣਾ ਵੀ ਇੱਕ ਆਪਣਾ ਬਾਲਲਾ ਭਰਾ ਠੀਕ ਆ ਬਾਈ ਇਹਨਾਂ ਨੇ ਆਪਣੀ ਹੈਲਪ ਕੀਤੀ ਸੀ ਬਈ ਯਾਰ ਆਪਣੇ ਗੋਡੇ ਸੱਟ ਲੱਗ ਗਈ ਸੀ ਮੇਰੇ ਠੀਕ ਆ ਬਾਈ ਅਤੇ ਹੋਰ ਬਈ ਇੱਕ ਮੈਂ ਪੁੱਛਦਾ ਵੀ ਕਬੱਡੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅੱਜ ਦੀ ਕਬੱਡੀ ਨੂੰ ਅਤੇ ਪੁਰਾਣੀ ਕਬੱਡੀ ਨੂੰ ਕੀ ਫਰਕ ਸਮਝਦੇ ਹੋ ਬਾਈ ਤੁਸੀਂ ਪਹਿਲਾਂ ਕਬੱਡੀ ਦੇ ਵਿੱਚ ਵੀ ਬਹੁਤ ਨਾਮ ਹੈਣੀ ਸੀਗੇ ਬਈ ਠੀਕ ਆ ਅਤੇ ਹੁਣ ਕਬੱਡੀ ਦੇ ਵਿੱਚ ਵੀ ਬਹੁਤ ਨਾਮ ਆ ਗਿਆ ਜੋ ਵੀ ਹੈ ਨਾ ਬਈ ਵੱਡੇ ਵੱਡੇ ਨਾਮ ਮੋਟਰਸਾਈਕਲ ਗੱਡੀਆਂ ਬਈ ਹੋਰ ਬਈ ਬਾਲੇ ਨਾਮ ਆ ਗਏ ਇੱਕ ਵੀਰੇ ਹੋਰ ਵੀ ਤੁਸੀਂ ਅੱਜ ਤੱਕ ਕੋਈ ਮੋਟਰਸਾਈਕਲ ਵਗੈਰਾ ਜਾਂ ਵਜਨੀ ਦੇ ਵਿੱਚ ਉਹ ਕਈ ਵਾਰੀ ਹੁੰਦਾ ਕਿਤੇ ਹੀ ਹੁੰਦਾ ਮਤਲਬ ਮੈਂ ਮੰਨਦਾ ਨਾ ਅਤੇ ਕੋਈ ਮੋਟਰਸਾਈਕਲ ਵਗੈਰਾ ਜਿੱਤਿਆ ਹੋਵੇ ਜਾਂ ਕੋਈ ਸਨਮਾਨ ਹੋਇਆ ਹੋਵੇ ਨਹੀਂ ਬਈ ਹਜੇ ਤੱਕ ਤਾਂ ਨਹੀਂ ਮੋਟਰਸਾਈਕਲ ਨਹੀਂ ਜਿੱਤਿਆ ਬਈ ਠੀਕ ਆ ਬਈ ਅਤੇ ਇੱਕ ਅੰਡਰ ਦੇ ਜਿਹੜੇ ਅੱਜ ਕੱਲ੍ਹ ਮੈਚ ਚੱਲਦੇ ਆ ਬਈ ਉਹ ਅੰਡਰ ਦੇ ਮੈਚਾਂ ਦੇ ਵਿੱਚੋਂ ਤੁਸੀਂ ਕਿਹੜੀ ਟੀਮ ਦੇ ਨਾਲ ਖੇਡਦੇ ਹੋ ਵੀਰੇ ਬਈ ਮੈਂ ਪੂਜੇ ਵਾਲੀ ਟੀਮ ਵੱਲੋਂ ਖੇਡਦਾ ਹੈਗਾ ਬਈ ਠੀਕ ਆ ਜੀ ਅਵਤਾਰ ਸਿੰਘ ਜੀ ਪੂਜੇ ਵਾਲੀ ਜਿਹੜੀ ਟੀਮ ਆ ਤੁਸੀਂ ਉਹਨਾਂ ਵੱਲੋਂ ਖੇਡਦੇ ਆ ਇੱਕ ਮੈਂ ਤੁਹਾਨੂੰ ਸਵਾਲ ਪੁੱਛਦਾ ਵੀਰੇ ਵੀ ਜਿਹੜਾ ਤੁਸੀਂ ਵਜਨੀ ਦੇ ਵਿੱਚ ਪੈਸਾ ਲੱਗਦਾ ਵਾ ਨਾ ਅਤੇ ਉਹ ਪੈਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਤਿੰਨ ਰੇਡਾਂ ਦੇ ਉੱਤੇ ਪੈਸੇ ਲੱਗਦੇ ਆ ਤਾਂ ਕਈ ਵਾਰੀ ਕੀ ਹੁੰਦਾ ਵੀ ਤਿੰਨ ਕਾਕੇ ਨੇ ਰੇਡਾਂ ਪਾ ਦੀਆਂ ਨਾ ਤਿੰਨ ਟੱਚ ਜਾਂ ਤਾਂ ਇੱਕ ਜਾਫੀ ਲਵੇ ਕਈ ਵਾਰੀ ਡਬਲ ਮਤਲਬ ਤਿੰਨਾਂ ਦੇ ਵਿੱਚੋਂ ਬਦਲ ਬਦਲ ਟੱਚ ਜਿਹੜੇ ਜਾਫੀ ਲੈ ਲੈਂਦੇ ਆ ਵੀ ਤੀਜੀ ਕੌਡੀ ਕਾਤਾ ਜੱਫਾ ਖਾ ਪੈਂਦਾ ਹੈ ਨਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਜਿਹੜੇ ਪੈਸੇ ਆ ਕਿੱਦਾਂ ਐਕਸਕਿਊਜ਼ ਮਤਲਬ ਕਿੱਦਾਂ ਵਰਤਣੇ ਚਾਹੀਦੇ ਜਾਂ ਕਿੱਦਾਂ ਦੇਣੇ ਚਾਹੀਦੇ ਵੀ ਜਾਂ ਇੱਕ ਜਾਫੀ ਦੇ ਟੱਚਾਂ ਦੀ ਦੇਣੇ ਚਾਹੀਦੇ ਆ ਜਾਂ ਬਦਲ ਕੇ ਤੁਸੀਂ ਇਹ ਸੋਚ ਨੂੰ ਕਿੱਦਾਂ ਰੱਖਦੇ ਬਈ ਉਹ ਜਿਵੇਂ ਹੁਣ ਮੰਨ ਲਓ ਵੀ ਮੈਂ ਰੇਟ ਪਾਈ ਜਾਂਦਾ ਬਈ ਹਾਂਜੀ ਠੀਕ ਹੈ ਨਾ ਬਈ ਮੂਹਰੇ ਜਾਫੀ ਆ ਬਈ ਜਾਂ ਤਾਂ ਮੰਨ ਲਓ ਕੋਈ ਵੀ ਜਾਫੀ ਖੇਲ ਗਿਆ ਨਾ ਬਈ ਮੂਹਰੇ ਜਾਫੀ ਕਿਹੜੇ ਜਾਂਦਾ ਬਈ ਤਿੰਨੇ ਟੱਚ ਹੀ ਹੋ ਲਵੇ ਹੁਣ ਮੰਨ ਲਓ ਬਈ ਮੂਹਰੇ ਜਾਫੀ ਕਿਹੜਾ ਦੋ ਟੱਚ ਲੈ ਕੇ ਉਹ ਜ਼ੋਰ ਕਰਾ ਦਿੰਦਾ ਤੇ ਤੀਜਾ ਬੰਦਾ ਹੋਰ ਬਈ ਜੱਫਾ ਲਾ ਦਿੰਦਾ ਬਈ ਠੀਕ ਆ ਉਹ ਫਿਰ ਗਲਤ ਆ ਸਿਸਟਮ ਬਈ ਠੀਕ ਆ ਜੀ ਮਤਲਬ ਪਿੱਛੇ ਜੇ ਬਈ ਬਾਂਦਰਾਂ ਦੇ ਵਿੱਚ ਨਾ ਟੂਰਨਾਮੈਂਟ ਹੋਇਆ ਬਾਈ ਗਰਭੇਜ ਬਾਂਦਰ ਹੈ ਨਾ ਅਤੇ ਨਾਲ ਮੁੰਡੇ ਆਪਣਾ ਗਾਜੀ ਮਾਣੂ ਦੇ ਇੱਕ ਸੀਗਾ ਬਾਈ ਸਾਡਾ ਆਪਣਾ ਰਾਜੂ ਹੈ ਨਾ ਪੱਤੋ ਜੂ ਇੱਥੇ ਉਹਨਾਂ ਨੇ ਨਾ ਵਧੀਆ ਪਲੇਟਫਾਰਮ ਦਿੱਤਾ ਨਵੇਂ ਮੁੰਡਿਆਂ ਨੂੰ ਵੀ 21,000 ਅਤੇ 15,000 ਨਾਮ ਸੀਗਾ ਬਾਈ 75 ਕਿਲੋ ਦਾ ਨਾ ਤਾਂ 25-30,000 ਰੁਪਇਆ ਸ਼ਾਇਦ ਉੱਤੇ ਪੈਸੇ ਲੱਗੇ ਵਜਨ ਦੇ ਵਿੱਚ ਤੁਸੀਂ ਕਿੱਦਾਂ ਸਮਝਦੇ ਵੀ ਪੈਸੇ ਕਿੰਨੇ ਕੁ ਲੱਗਣੇ ਚਾਹੀਦੇ ਆ ਵੀਰੇ ਬਈ ਮੈਂ ਉਹ ਮੈਚ ਦੇਖਿਆ ਹੈਗਾ ਹਾਂਜੀ 70 ਕਿਲੋ ਦਾ ਮੈਚ ਨੂੰ ਲੱਗਦਾ ਬਈ ਉਹ ਠੀਕ ਆ ਜੀ ਅਤੇ ਕਾਫੀ ਪੈਸੇ ਦਿੱਤੇ ਬਈ ਉਹਨਾਂ ਨੂੰ ਬਈ ਵਧੀਆ ਗੱਲ ਆ ਨਾ ਵੀ ਓਪਨ ਵਾਲੇ ਪਲੇਅਰਾਂ ਨੂੰ ਪੈਸੇ ਦੇ ਦਿੰਦੇ ਆ ਵੀ ਬਈ ਨਹੀਂ ਪਲੇਅਰ ਨੂੰ ਨਹੀਂ ਦਿੰਦੇ ਪਏ ਬਈ ਠੀਕ ਆ ਜੀ ਅਤੇ ਬਾਕੀ ਬਈ ਨਹੀਂ ਨਾ ਪੈਸੇ ਲੱਗਦੇ ਵੀ ਨਹੀਂ ਇੰਨੇ ਬਈ ਠੀਕ ਆ ਬਈ ਓਪਨ ਵਾਲੇ ਪਲੇਅਰਾਂ ਵੀ ਕਬੱਡੀ ਤੁਸੀਂ ਦੱਸਿਆ ਵੀ ਮੈਂ ਪਿੰਡ ਦੇ ਵਿੱਚੋਂ ਨਾ ਮੁੰਡੇ ਖੇਡਦੇ ਹੁੰਦੇ ਉਹਨਾਂ ਨੂੰ ਵੇਖ ਕੇ ਕਬੱਡੀ ਸ਼ੁਰੂ ਕੀਤੀ ਆ ਕਬੱਡੀ ਦੇ ਵਿੱਚ ਆਪਣਾ ਨਾ ਕੋਚ ਹੁੰਦਾ ਤਾਂ ਕੋਚ ਤੁਸੀਂ ਕਿੰਨਾਂ ਨੂੰ ਮੰਨਦੇ ਹੋ ਅਤੇ ਕਿੰਨਾਂ ਤੋਂ ਕਬੱਡੀ ਦੀਆਂ ਜਿਹੜੀਆਂ ਬਰੀਕੀਆਂ ਮੈਂ ਕੋਚ ਸਾਹਿਬ ਦਾ ਨਾ ਸਵਾਗਤ ਕਰਦਾ ਸਾਡੇ ਚੈਨਲ ਦੇ ਉੱਤੇ ਅਤੇ ਮੈਂ ਕੋਚ ਸਾਹਿਬ ਨੂੰ ਵੀ ਪੁੱਛਣਾ ਚਾਹੂੰਗਾ ਵੀ ਕੱਕ
ਕਾਕਾ ਤੁਹਾਨੂੰ ਕਦੋਂ ਮਿਲਿਆ ਵੀਰੇ ਤੇ ਕਦੋਂ ਤੋਂ ਤੁਹਾਡੇ ਨਾਲ ਕਾਕਾ ਜੁੜਿਆ ਵੀਰੇ? ਮੇਰੇ ਨਾਲ ਬਾਈ ਜੀ ਕਾਕੇ ਨੂੰ ਹੋ ਗਏ 2 ਸਾਲ ਜੁੜੇ ਨੂੰ। ਠੀਕ ਹੈ ਜੀ। ਆਪਣੇ ਬਾਦਲ ਸੀ ਇੱਕ ਬਾਦਲ ਦੀ ਵੀ ਪ੍ਰੈਕਟਿਸ ਮੈਂ ਕਰਵਾਈ ਆ। ਠੀਕ ਹੈ। ਉਹ ਅੱਜ 60 ਲੱਗ ਗਈ। ਹਾਂਜੀ। ਉਹ ਪਰਮਾਤਮਾ ਨਾ ਹੀ ਅੱਗੇ ਟਾਈਮ ਕਿਸੇ ਦੇ ਲੱਗਾ। ਹਾਂਜੀ ਹਾਂਜੀ। 2 ਸਾਲ ਤੋਂ ਮੇਰੇ ਕੋਲ ਪ੍ਰੈਕਟਿਸ ਕਰ ਰਿਹਾ ਐਸਐਮ ਜੀ ਪ੍ਰੈਕਟਿਸ ਚੱਲਦੀ। ਬਾਕੀ ਆਪਣੇ ਸਕੂਲ ਦੇ ਵਿੱਚ ਯੂਨੀਕ ਸਕੂਲ ਦੇ ਵਿੱਚ ਸੈਂਟਰ ਚੱਲਦਾ। ਠੀਕ ਹੈ ਜੀ। ਕਾਫੀ ਗੇਮਾਂ ਚੱਲਦੀਆਂ ਇੱਥੇ ਜਿਵੇਂ ਬੈਡਮਿੰਟਨ ਹੋ ਗਈ, ਰੈਸਲਿੰਗ ਹੋ ਗਈ, ਜੁਡੋ ਹੋ ਗਈ, ਆਪਣੇ ਵੂਸ਼ੂ ਹੋ ਗਈ, ਟਾਈਕਮਾਂਡੋ ਹੋ ਗਈ, ਸਾਰੀਆਂ ਗੇਮਾਂ ਚੱਲਦੀਆਂ। ਠੀਕ ਹੈ ਜੀ। ਹੁਣ ਤੱਕ ਕੋਚ ਸਾਹਿਬ ਮਤਲਬ ਕਿਹੜੇ ਕਿਹੜੇ ਬੱਚੇ ਜਾਂ ਕਿਹੜੇ ਕਿਹੜੇ ਲੈਵਲ ਤੱਕ ਤੁਹਾਡੇ ਦੁਆਰਾ ਜਿਹੜੇ ਪ੍ਰੈਕਟਿਸ ਕਰਦੇ ਬੱਚੇ ਕਿੱਥੋਂ ਤੱਕ ਜਾ ਚੁੱਕਿਆ? ਮੈਂ ਤੁਹਾਨੂੰ ਇਹ ਸਿੱਖਣਾ ਚਾਹੁੰਦਾ। ਮੇਰੇ ਕੋਲੋਂ ਜੀ ਹੁਣ ਤੱਕ ਏਸ਼ੀਆ ਤੱਕ ਪਲੇਅਰ ਹੋ ਚੁੱਕੇ ਆ। ਠੀਕ ਹੈ ਜੀ। ਹਾਂਜੀ। ਏਸ਼ੀਆ ਨੈਸ਼ਨਲ ਤਾਂ ਅਨੇਕਾਂ ਹੀ ਪਲੇਅਰ ਹੋਏ ਆ। ਠੀਕ ਹੈ ਜੀ। ਹਾਂਜੀ। ਮੈਂ ਇੱਕ ਹੋਰ ਵੀਰੇ ਵੀ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਨੂੰ ਵੀ ਤੁਸੀਂ ਪ੍ਰੈਕਟਿਸ? ਹਾਂਜੀ, ਏਸ਼ੀਆ ਕੁੜੀ ਖੇਡੀ ਹੈ ਜੀ ਹਰਪ੍ਰੀਤ ਕੌਰ। ਠੀਕ ਹੈ ਜੀ। ਮਤਲਬ ਨੈਸ਼ਨਲ ਕਬੱਡੀ ਹੋਵੇ ਜਾਂ ਜੂਡੋ, ਹੈ ਨਾ, ਨੈਸ਼ਨਲ ਸਟੈਲ ਕਬੱਡੀ, ਸਰਕਲ ਸਟੈਲ ਕਬੱਡੀ ਸਾਰੀ ਚੱਲਦੀ ਹੈ ਪ੍ਰੈਕਟਿਸ। ਠੀਕ ਹੈ ਜੀ। ਕਿਉਂਕਿ ਸਾਡੇ ਯੂਨੀਕ ਸਕੂਲ ਦੇ ਵਿੱਚ ਮੈਨੇਜਮੈਂਟ ਬਹੁਤ ਵਧੀਆ, ਪ੍ਰਿੰਸੀਪਲ ਸਰ ਬਹੁਤ ਵਧੀਆ, ਜਿਹੜੇ ਕਿ ਗੇਮਾਂ ਨੂੰ ਅੱਗੇ ਲਿਜਾ ਰਹੇ ਆ। ਠੀਕ ਹੈ ਜੀ। ਆਪਣੇ ਮਾਲਵੇ ਆਪਣੇ ਏਰੀਏ ਦਾ ਨਾ ਇੱਕ ਵਧੀਆ ਸਕੂਲ ਆ, ਮਤਲਬ ਜਿੱਥੇ ਤੁਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦੇ ਹੋ, ਅਤੇ ਕਬੱਡੀ ਦੇ ਨਾਲ ਜੁੜੇ ਹੋਰ ਕੋਈ ਮਤਲਬ ਕੋਈ ਖਿਡਾਰਨਾ ਹੋਣ ਜਿਨ੍ਹਾਂ ਨੂੰ ਤੁਸੀਂ ਪ੍ਰੈਕਟਿਸ ਕਰਾਉਂਦੇ ਹੋ ਜਾਂ ਖਿਡਾਰੀ ਹੋਣ? ਮੇਰੇ ਕੋਲ ਜੀ ਕਾਫੀ ਪਲੇਅਰ ਕੁੜੀਆਂ ਜਿਵੇਂ ਕਿ ਪ੍ਰੈਕਟਿਸ ਕਰਕੇ ਗਈਆਂ। ਹਰਪ੍ਰੀਤ ਕੌਰ ਜਿਹੜੀ ਆ ਉਹ ਏਸ਼ੀਆ ਖੇਡ ਗਈ, ਅਮਨ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਕੋਚ ਲੱਗੀ ਵੀ ਹੈ ਜਲਾਲਾਬਾਦ, ਉਹ ਵੀ ਮੇਰੇ ਕੋਲ ਖੇਡੀ ਆ ਜੀ। ਸਰਬਜੀਤ ਕੌਰ ਗੱਗੇ ਆਪਣੇ ਮੋਗੇ ਜ਼ਿਲ੍ਹੇ ਦੀ ਕੋਚ ਲੱਗੀ ਆ, ਉਹ ਵੀ ਮੇਰੇ ਕੋਲ ਖੇਡੀ ਆ ਜੀ। ਆਪਣੇ ਰਮਨ ਪਿੰਡ ਬੰਬ ਆ ਜਿਹਦਾ, ਅਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਉਹਦਾ ਸੈਂਟਰ ਚੱਲ ਰਿਹਾ, ਉਹ ਵੀ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਕੋਚ ਲੱਗੀ ਆ। ਅਤੇ 2002 'ਚ ਮੈਂ ਆਪਣੇ ਜੀ ਡੀ ਵੀ ਗਾਰਡ ਪ੍ਰੈਕਟਿਸ ਕਰਵਾਈ, ਉਸ ਤੋਂ ਬਾਅਦ ਮੈਂ ਮੋਹਾਰ ਕਾਲਜ ਡੀਕੇਐਸ ਕਾਲਜ ਮੋਹਾਰ ਉੱਥੇ ਪ੍ਰੈਕਟਿਸ ਕਰਵਾਈ। ਹਾਂਜੀ। ਉੱਥੋਂ ਕਾਫੀ ਆਲ ਇੰਡੀਆ ਇੰਟਰ ਵਾਸਤੇ ਪਲੇਅਰ ਪੈਦਾ ਹੋਏ, ਏਸ਼ੀਆ ਪਲੇਅਰ ਪੈਦਾ ਹੋਏ। ਹਾਂਜੀ। ਅਤੇ ਕੋਚਿੰਗ ਲੈਣ ਤੋਂ ਆਉਣ ਤੋਂ ਪਹਿਲਾਂ ਵੀਰੇ ਤੁਸੀਂ ਮਤਲਬ ਆਪ ਕਿਹੜੀ ਗੇਮ ਕਰਦੇ? ਮੇਰੀ ਰੈਸਲਿੰਗ ਸੀ ਕੁਸ਼ਤੀ। ਠੀਕ ਹੈ ਜੀ। ਹਾਂਜੀ। ਆਪਾਂ ਸਿੱਧੇ ਤੌਰ 'ਤੇ ਕਹਿ ਲਈਏ ਤਾਂ ਭਲਵਾਨੀ ਕਰਦੇ? ਹਾਂਜੀ, ਭਲਵਾਨੀ ਕਰਦੇ। ਥੋੜ੍ਹਾ ਜਿਹਾ ਸੱਟ ਲੱਗਣ ਦੇ ਕਾਰਨ ਮੈਨੂੰ ਭਲਵਾਨੀ ਤੋਂ ਦੂਰ ਹੋਣਾ ਪਿਆ, ਫਿਰ ਕੋਚਿੰਗ ਲੈਣ ਚੁਣ ਲਈ। ਠੀਕ ਹੈ ਜੀ। ਅਤੇ ਫਿਰ ਮੇਰਾ ਉਸਤਾਦ ਜਿਹੜਾ ਕਹਿੰਦਾ ਵੀ ਤੂੰ ਖਾੜਾ ਚਲਾ, ਫਿਰ 2002 ਦੇ ਵਿੱਚ ਮੇਰੇ ਉਸਤਾਦ ਨੇ ਜੀ ਟੀ ਵੀ ਗੜ੍ਹ ਸਕੂਲ ਦੇ ਵਿੱਚ ਖਾੜਾ ਚਲਵਾ ਕੇ ਦਿੱਤਾ। ਤੁਹਾਡੇ ਉਸਤਾਦ ਜੀ ਦਾ ਨਾਮ ਤੁਸੀਂ ਜ਼ਰੂਰ ਸੁਣਿਆ? ਗੁਰਮੇਲ ਪਹਿਲਵਾਨ ਹੋ ਜੀ। ਠੀਕ ਹੈ ਜੀ। ਰੋਡਾਂ ਤੋਂ ਸੀਗੇ? ਹਾਂਜੀ। ਠੀਕ ਹੈ ਜੀ। ਅਤੇ ਹੋਰ ਕਬੱਡੀ ਦੇ ਕਾਕੇ ਤੋਂ ਤੁਸੀਂ ਕੀ ਆਸ ਰੱਖਦੇ ਹੋ ਵੀ ਕਿੱਦਾਂ ਦਾ ਪਲੇਅਰ ਬਣਨਾ ਚਾਹੀਦਾ ਵੀਰੇ ਆਪਣੇ ਏਰੀਏ ਦਾ? ਕਾਕੇ ਦੀ ਬਾਈ ਜੀ ਜਿਹੜੀ ਮੈਂ ਹੁਣ ਤਿਆਰੀ ਕਰਵਾ ਰਿਹਾ। ਹਾਂਜੀ। ਹੁਣ ਇਹਦਾ 62 ਕਿਲੋ ਵਜਨ ਹੈ। ਠੀਕ ਹੈ ਜੀ। ਪਰ ਇਹਦਾ ਮੈਂ ਵੇਟ 70 ਕਿਲੋ ਕਰੂੰਗਾ। ਠੀਕ ਹੈ ਜੀ। 70 ਦੇ ਨਾਲ ਨਾਲ ਮੈਂ ਓਪਨ ਦੀ ਤਿਆਰੀ ਕਰਵਾ ਰਿਹਾ ਕਿ ਓਪਨ ਖਿਡਾਊਂਗਾ 70 ਕਿਲੋ ਵੇਟ ਦਾ। ਠੀਕ ਹੈ ਜੀ। ਅਤੇ ਕਾਕੇ ਤੋਂ ਕਿਹੜੇ ਪਲੇਅਰ ਦੀ ਆਸ ਕਰਦੇ ਵੀ ਇਸ ਪਲੇਅਰ ਵਰਗਾ ਕਾਕੇ ਨੂੰ ਬਣਾਉਣਾ? ਕਾਕੇ ਨੂੰ ਜੀ ਪਲੇਅਰ ਤਾਂ ਕੋਚ ਲਈ ਸਾਰੇ ਵਧੀਆ ਹੁੰਦੇ ਆ, ਕਿਉਂਕਿ ਕੋਚ ਕਦੇ ਕਿਸੇ ਪਲੇਅਰ ਨੂੰ ਮਾੜਾ ਨਹੀਂ ਕਹਿ ਸਕਦਾ, ਕਿਉਂਕਿ ਕੋਚਾਂ ਨੇ ਬੂਟੇ ਲਾਏ ਹੁੰਦੇ ਆ। ਹਾਂਜੀ। ਮੈਂ ਇਹ ਕਹਿੰਦਾ ਕਿ ਪਰਮਾਤਮਾ ਇਹੋ ਜਿਹੀ ਕਿਰਪਾ ਕਰੇ ਇਹਦੇ 'ਤੇ ਕਿ ਇਹ ਅਲੱਗ ਹੀ ਹੋ ਗਿਆ। ਠੀਕ ਹੈ ਜੀ। ਮਤਲਬ ਦੁਨੀਆ ਤੋਂ ਵੱਖਰੇ ਤੋਂ ਵੱਖਰੇ ਹੀ ਹੋ ਕਹਿਣ ਲੋਕ, ਮੈਂ ਕਾਕੇ ਵਰਗਾ ਬਣਾ। ਹਾਂ, ਮੈਂ ਕਾਕੇ ਵਰਗਾ। ਠੀਕ ਹੈ ਜੀ। ਹਾਂਜੀ ਕਾਕੇ ਵੀਰੇ, ਅਤੇ ਆਉਣ ਵਾਲਾ ਸਮਾਂ ਸਾਡੇ ਲਈ ਕੀ ਹੋਊਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਕਾਕਾ ਕਿਹੜੀ ਕਬੱਡੀ ਖੇਡੇਗਾ? 65 ਕਿਲੋ ਛੱਡ, 70, 75 ਓਪਨ ਦੇ ਵਿੱਚ ਕਿਹੜੀ ਟੀਮ ਦੇ ਨਾਲ ਤੁਸੀਂ ਖੇਡਣਾ ਪਸੰਦ ਕਰਦੇ ਹੋਗੇ? ਬਈ ਗੁਰੂ ਸਾਹਿਬ ਨੇ ਪਹਿਲਾਂ ਦੱਸਿਆ ਹੀ ਹੈ ਨਾ। ਹਾਂਜੀ, ਵੀ 70-75 ਕਿਲੋ ਬਣਾ ਕੇ ਲਾਂਗੇ ਨਾ ਬਈ। ਠੀਕ ਆ ਜੀ। ਬੰਦੇ ਨਾਲ ਨਾਲ ਪ੍ਰਦਰਸ਼ਨ ਕਰਾਂਗੇ ਬਈ। ਠੀਕ ਆ ਜੀ। ਬਾਕੀ ਵੀ ਆਪਾਂ ਨੂੰ ਕੌਮ ਕਰਾਂਗੇ, ਟੀਮ ਵਧੀਆ ਲੱਗਦੀ ਹੈ ਉਹਨਾਂ ਨਾਲ ਖੇਡਣਾ ਬਈ। ਉਹ ਮੁੰਡੇ ਮੋਟੇ ਵਰਗੇ ਜਿਹੜੇ, ਹਾਂ ਬਈ, ਰਾਮਪੁਰ ਵਾਲੇ ਮੁੰਡੇ ਹੋ ਗਏ ਨਾ ਬਈ। ਠੀਕ ਹੈ। ਸੰਦੀਪ ਵੀ ਬਈ ਬਾਜ ਵਾਲਾ ਇਕੱਲਾ ਹੀ ਹੁੰਦਾ ਸੀ, ਦੋਵੇਂ ਬਈ ਇਕੱਠੇ ਹੀ ਖੇਡਦੇ ਆ ਉਹਨਾਂ ਨਾਲ ਹੀ ਖੇਡਦੇ ਆ। ਠੀਕ ਆ ਜੀ। ਹਾਂਜੀ। ਜ਼ਿੰਦਗੀ ਦੇ ਕੋਈ ਪੱਕੇ ਯਾਰ ਵੀ ਹਰ ਜਿਹਦੇ ਨਾਲ ਦਿਲ ਦੀ ਗੱਲ ਆਪਾਂ ਸਾਂਝੀ ਕਰਦੇ ਵੀ ਇਹਦੇ ਬਈ ਪੱਕੇ ਦਾ ਆਪਣਾ ਇੱਕ ਬਾਦਲਾ ਭਰਾ। ਠੀਕ ਹੈ। ਉਹਦੇ ਨਾਲ ਬਈ ਗੱਲ ਹਰ ਇੱਕ ਗੱਲ ਸ਼ੇਅਰ ਕਰਦਾ, ਇੱਕ ਸੰਦੀਪ ਆ ਬਈ। ਠੀਕ ਹੈ। ਉਹਨਾਂ ਦੋਵਾਂ ਨਾਲ ਬਈ ਹਰ ਇੱਕ ਗੱਲ ਦਿਲ ਦੀ ਸ਼ੇਅਰ ਕਰਦਾ ਬਈ। ਠੀਕ ਹੈ ਬਈ। ਅਤੇ ਪ੍ਰਮੋਟਰਾਂ ਨੂੰ ਬਈਨੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਈ? ਬਈਨੀ ਕਬੱਡੀ ਦੇ ਬਾਰੇ ਬਈ, ਬਈਨੀ ਕਬੱਡੀ ਬਾਰੇ ਇਹੀ ਕਹਿਣਾ ਚਾਹੁੰਦਾ ਵੀ ਬਈਨੀ ਕਬੱਡੀ ਨੂੰ ਥੋੜ੍ਹਾ ਡਾਊਨ ਰੱਖਿਆ ਜਾਂਦਾ ਬਈ। ਠੀਕ ਹੈ ਜੀ। ਵੀ ਇਹਨਾਂ ਦੀ ਵੀ ਇਹਨਾਂ ਨੂੰ ਵੀ ਇਨਾਮ ਵੱਡੇ ਰੱਖੇ ਜਾਣ ਇਹਨਾਂ ਦੇ ਬਈ। ਠੀਕ ਹੈ ਜੀ। ਅਤੇ ਵੀ ਬੀਜੇ ਬਈ ਮੰਨ ਲਓ 70-75 ਕਿਲੋ ਭਾਤਕਰ ਬੀਜੇ ਲੱਗਣੇ ਚਾਹੀਦੇ ਬਾਹਰ ਗਏ ਜੀ। ਅਤੇ ਇੱਕ ਗੱਲ ਹੋਰ ਵੀਰੇ, ਤੁਸੀਂ ਬੀਜਿਆਂ ਤੋਂ ਯਾਦ ਕਰਾਇਆ ਵੀ 2008-10 ਦੇ ਵਿੱਚ ਜਿਹੜੇ 70 ਕਿਲੋ ਦੇ ਬੀਜੇ ਲੱਗੇ ਸੀ ਜਿਹਦੇ ਵਿੱਚ ਆਪਣੇ ਏਰੀਏ ਦੇ ਪਲੇਅਰ ਹੈ ਨਾ ਬਾਈ ਨਹਿਰੂ ਭਲੂਰ ਸਿੰਘਾਪੁਰ ਦੇ ਜਿਹੜੇ
पिंड के प्लेयर जिमें तोते की गल कर लिए अपने कीपे की गल कर लिए अपने एरिए अंदगाड़े मुंडे रेशम की गल कर लिए पिछले समय के जोड़े वीर जी चल रही थे ना ते नाल अपना लवाम पिंड का कारण है ना वो मुंडे 70 किलो के दो सीजन मेरे ख्याल दे उत्थे खेड के आया कनेडा खेडे वीरे ते हुण जिहड़ी 10 साल हो गए भी वजनी नूं तां जमे ही मतलब बंद ही हो गए जी वजनी दे ते उहदे बारे थोड़ा की सवाल ਬਈ ਇਹਦੇ ਬਾਰੇ ਸਾਡਾ ਇਹੀ ਅੰਸਰ ਆ ਵੀ ਬਈ ਨਹੀਂ ਪਲੇਅਰਾਂ ਦੇ ਵੀਜ਼ੇ ਲੱਗਣੇ ਚਾਹੀਦੇ ਆ ਬਈ ਮੰਨ ਲਾ 70-75 ਕਿਲੋ ਭਾਰਤਕਰ ਵੀਜ਼ੇ ਲੱਗਣੇ ਚਾਹੀਦੇ ਆ ਬਈ ਠੀਕ ਆ ਜੀ ਹਾਂਜੀ ਬਈ ਪਹਿਲਾਂ ਹੁੰਦਾ ਆਏਗਾ ਨਾ ਵੀ ਤੁਸੀਂ ਦੱਸਿਆ ਹੀ ਪਲੇਅਰ ਖੇਡ ਗਿਆ ਆ ਬਈ ਕਨੇਡਾ ਨਾ ਹਾਂਜੀ ਇਹ ਹੁਣ ਤਾਂ ਵੀ ਹੈ ਨਹੀਂ ਗਾ ਇਹ ਕੰਮ ਵੀ ਬਈ ਨਾਲੇ ਬਾਹਰ ਖੇਡਣ ਵੀ ਠੀਕ ਆ ਬਈ ਹਾਂਜੀ ਮਤਲਬ ਆਪਣੇ ਏਰੀਏ ਨਾਲ ਨਾ ਅਜੇ ਆਪਣੇ ਕੁਝ ਕੁ ਠੀਕ ਆ ਆਪਣੇ ਏਰੀਏ 'ਚ ਵਜਨੀ ਕਬੱਡੀ ਹੁੰਦੀ ਆ ਜਿਵੇਂ ਤੁਸੀਂ ਵਜਨ ਖੇਡੋ ਬਈ 22 ਤੋਂ ਲੈ ਕੇ 35-40-55-65 ਨਾ ਤਾਂ ਹੁਣ ਹੌਲੀ 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 ਜਿਹੜੀ ਆ ਵਜਨੀ ਕਬੱਡੀ ਬੰਦ ਹੁੰਦੀ ਜਾ ਰਹੀ ਹੈ ਬੰਦ ਹੋਣ ਦਾ ਕਾਰਨ ਕਰਕੇ ਤੁਸੀਂ ਦੱਸ ਸਕਦੇ ਹੋ ਵੀਰੇ ਕਿਉਂਕਿ ਤੁਸੀਂ ਆਪ ਹੰਢਾਈ ਆ ਉਹ ਸਮਾਂ ਹੰਢਾਇਆ ਜਦੋਂ ਵਜਨੀ ਕਬੱਡੀ ਤੁਸੀਂ ਖੇਡਦੇ ਰਹੇ ਹੋ ਅਤੇ ਅੱਜ ਵੀ ਵਜਨੀ ਖੇਡਦੇ ਹੋ ਨਾ ਪਰ ਉਹ ਗੱਲ ਵੱਖਰੀ ਆ ਵੀ ਤੁਸੀਂ ਥੋੜ੍ਹਾ ਵਜਨ ਅੱਪ ਕਰਕੇ 65-70 ਖੇਡਦੇ ਹੋ ਅਤੇ ਵਜਨੀ ਪਲੇਅਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਈ ਵਜਨੀ ਪਲੇਅਰਾਂ ਬਾਰੇ ਇਹੀ ਕਹਿਣਾ ਚਾਹੁੰਦਾ ਵਜਨੀ ਪਲੇਅਰ ਨਾ ਥੋੜ੍ਹੇ ਬਈ ਖਰਾਬ ਕਰਨ ਲੱਗ ਗਏ ਲੇਟ ਹੁੰਦੇ ਆ ਬਈ ਠੀਕ ਆ ਜੀ ਹੁਣ ਪਲੇਅਰ ਬਈ ਗਰਾਊਂਡ 'ਚ ਕਮੈਂਡੇਟਰ ਬਾਜਾਂ ਮਾਰੀ ਜਾਂਦੇ ਹੁੰਦੇ ਆ ਪਲੇਅਰ ਹਜੇ ਤਿਆਰ ਨਹੀਂ ਹੋਏ ਹੁੰਦੇ ਬਈ ਠੀਕ ਆ ਇਸੇ ਕਾਰਨ ਬਈ ਉਹਨਾਂ ਛੋਟੇ ਲੈਵਲ ਦੀ ਕਬੱਡੀ ਨੂੰ ਖਤਮ ਕੀਤਾ ਜਾ ਰਿਹਾ ਬਈ ਠੀਕ ਆ ਬਈ ਮਤਲਬ ਹਜੇ ਆਪਣਾ ਏਰੀਆ ਦਾ ਕੁਝ ਕੁ ਠੀਕ ਆ ਕਿਉਂਕਿ ਵੀ ਜਿਵੇਂ ਆਪਣੇ ਮੰਨ ਲਾ ਜੇ 50 ਮੈਚ ਹੁੰਦੇ ਆ ਵਿੱਚੋਂ 20-25 ਮੈਚ ਤਾਂ 30 ਤਾਂ ਹੁੰਦੇ ਹੀ ਇੱਦਾਂ ਦੇ ਵੀ ਜਿੱਥੇ ਵਜਨ ਹੁੰਦਾ ਜਿਹੜਾ ਆਪਣਾ ਦਬਾਬਾ ਦੇ ਵਿੱਚ ਵੀ ਵਜਨ ਜਿਹੜਾ ਹੁੰਦਾ ਜਿਹੜੇ ਮਾਝੇ ਦੇ ਵਿੱਚ ਵਜਨ ਜਮ੍ਹਾਂ ਹੀ ਖਤਮ ਹੋ ਗਿਆ ਉੱਥੇ 6 ਮੈਚ ਹੀ ਹੁੰਦੇ ਆ ਨਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ ਵੀ ਮਾਝੇ ਦੇ ਵਿੱਚ ਪਲੇਅਰ ਬਹੁਤ ਤਕੜੇ ਆ ਇਹ ਨਹੀਂ ਕੋਈ ਗੱਲ ਆ ਨਾ ਪਲੇਅਰ ਬਹੁਤ ਜ਼ਿਆਦਾ ਤਕੜੇ ਆ ਅਤੇ ਵਜਨੀ ਬਾਰੇ ਮਾਝੇ ਵਾਲੇ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਬਈ ਮਾਝੇ ਵਾਲੇ ਵੀਰਾਂ ਨੂੰ ਇਹੀ ਬੇਨਤੀ ਆ ਨਾ ਵੀ ਬਈਨੀ ਦੇ ਮੈਚ ਕਰਵਾਏ ਜਾਣ ਬਈ ਹਾਂਜੀ ਕਿਉਂਕਿ ਇਹ ਬਈਨੀ ਬੰਦਾ ਖੇਡਦਾ ਨਾ ਫਿਰ ਬਈ ਕਰੋੜਦਾ ਬਈ ਠੀਕ ਆ ਜੀ ਹਾਂਜੀ ਉੱਧਰ 6 ਮੈਚ ਆਪਣੇ ਇੱਧਰ ਬਈ ਕਾਫੀ ਮੈਚ ਹੁੰਦੇ ਆ ਬਈਨੀ ਦੇ ਅਤੇ ਤੁਸੀਂ ਕਿਹੜਾ ਏਰੀਆ ਪਸੰਦ ਕਰਦੇ ਹੋ ਜਿਵੇਂ ਮਾਲਵਾ ਪਸੰਦ ਕਰਦੇ ਹੋ ਜਾਂ ਦਬਾਬਾ ਪਸੰਦ ਕਰਦੇ ਹੋ ਖੇਡਣਾ ਕਿ ਤੁਸੀਂ ਮਾਝਾ ਪਸੰਦ ਕਰਦੇ ਹੋ ਬਈ ਮੈਂ ਦਬਾਬਾ ਖੇਡਣਾ ਪਸੰਦ ਕਰਦਾ ਹਾਂਜੀ ਮਤਲਬ ਇੱਕ ਗੱਲ ਆ ਵੀਰੇ ਹੈ ਨਾ ਵੀ ਖੇਡਣਾ ਮਾਲ ਦਬਾਬੇ ਦੇ ਵਿੱਚ ਤੁਸੀਂ ਪਸੰਦ ਕਰਦੇ ਹੋ ਵਧੀਆ ਪ੍ਰਾਈਜ਼ ਹੁੰਦਾ ਉੱਧਰ ਵਧੀਆ ਜਿਹੜਾ ਰਿਸਪੈਕਟ ਹੁੰਦੀ ਆ ਨਾ ਰਿਸਪੈਕਟ ਆਪਣੇ ਏਰੀਏ 'ਚ ਵੀ ਬਹੁਤ ਆ ਮਤਲਬ ਹੁੱਲੇ ਹੁਲਾਰੇ ਜਿੱਦਾਂ ਆਪਾਂ ਕਹਿ ਦਈਏ ਲੋਕਾਂ ਦੀ ਚੀਕਾਂ ਰੋਲੀ ਆਪਣੇ ਏਰੀਏ 'ਚ ਜ਼ਿਆਦਾ ਹੁੰਦੀ ਆ ਨਾ ਅਤੇ ਪ੍ਰਦਰਸ਼ਨ ਕਰਨ ਦਾ ਏਰੀਏ 'ਚ ਵਧੀਆ ਨਜ਼ਾਰਾ ਵੀ ਹੁੰਦਾ ਉਹਦੇ ਬਾਰੇ ਕੀ ਖਿਆਲ ਆ ਮਤਲਬ ਵੀ ਆਪਣੇ ਏਰੀਏ ਨੂੰ ਅਤੇ ਉਹ ਏਰੀਏ ਨੂੰ ਦਰਸ਼ਕਾਂ ਪ੍ਰਤੀ ਤੁਹਾਡਾ ਕੀ ਖਿਆਲ ਆ ਬਈ ਉੱਧਰ ਨਾ ਆਪਣੇ ਵੀ ਪਰਾਏ ਕਾਫੀ ਹੁੰਦੇ ਆ ਬਈ ਹਾਂਜੀ ਅਤੇ ਇੱਕ ਟੀਮਾਂ ਸੀਮਤ ਹੀ ਇੰਟਰ ਕਰਦੇ ਆ ਬਈ ਉਹ ਠੀਕ ਆ ਬਈ ਨਾ ਪਰਾਏ ਕਾਫੀ ਹੁੰਦੇ ਆ ਆਪਣੇ ਇੱਧਰ ਬਈ ਟੀਮਾਂ ਵੱਧ ਇੰਟਰ ਕਰ ਲੈਂਦੇ ਨਾ ਉਹਦੇ ਕਾਰਨ ਉਹਨਾਂ ਦੇ ਹਨੇਰਾ ਹੋ ਜਾਂਦਾ ਬਈ ਤਾਂ ਕਰਕੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਠੰਡੇ ਮੈਚ ਨੂੰ ਪਸੰਦ ਕਰਦੇ ਕਿ ਗਰਮ ਮੈਚ ਪਸੰਦ ਕਰਦੇ ਆ ਜਿਵੇਂ ਕਹਿ ਲਈਏ ਵੀ ਹਾਂ ਯਾਰ ਨੋਰਮਲ ਗਏ ਮੈਚ ਜਿੱਤਿਆ ਵਾਪਸ ਆ ਗਏ ਇੱਕ ਉਹਨਾਂ ਵੀ ਖੜਕੇ ਦੜਕ ਵਾਲਾ ਲੋਕ ਵੀ ਕਹਿਣ ਵੀ ਹਾਂ ਯਾਰ ਮੈਚ ਤਾਂ ਅਸੀਂ ਬਹੁਤ ਵੇਖਿਆ ਪਰ ਓਪਨ ਤੋਂ ਵੀ ਤਕੜਾ ਮੈਚ ਲੱਗਿਆ ਕਮੈਂਟਰੀ ਵਾਲਾ ਕਹਿੰਦਾ ਵੀ ਆਹ ਮੈਚ ਤਾਂ ਬਾਈ ਗਿਆ ਓਪਨ ਤੋਂ ਵੀ ਤਕੜਾ ਬਈ ਖੜਕੇ ਦੜਕ ਵਾਲੇ ਮੈਚ ਹੀ ਪਸੰਦ ਕਰਦੇ ਆ ਵੀ ਦਰਸ਼ਕਾਂ ਨੂੰ ਵੀ ਹੈ ਨਾ ਵੀ ਆਇਆਂ ਦਾ ਮੁੱਲ ਹੋਣ ਦਾ ਸਕੂਨ ਮਿਲਦਾ ਉਹਨਾਂ ਨੂੰ ਹਾਂ ਵੀ ਯਾਰ ਇਹ ਮੈਚ ਦੇਖਿਆ ਵੀ ਯਾਰ ਕੋਈ ਇੱਦਾਂ ਦਾ ਮੈਚ ਹੋਵੇ ਜਿੱਥੇ ਕਈ ਵਾਰੀ ਵੀ ਹਾਂ ਕਾਕਾ ਲਫੜੂ ਲਫੜੀ ਵੀ ਹੋ ਗਿਆ ਵੀ ਹਾਂ ਵੀ ਉਹ ਮੈਚ ਜਿੱਤਿਆ ਵੀ ਹੋਵੇ ਵੀ ਯਾਦ ਹੋਵੇ ਵੀ ਹਾਂ ਯਾਰ ਆਹ ਮੈਚ ਜਿੱਤੇ ਉਹ ਗੱਲ ਵੱਖਰੀ ਆ ਵੀ ਬਾਹਰ ਆਪਾਂ ਇੱਕਾਂ ਭਾਈ ਹਾਂ ਸਾਰੇ ਪਲੇਅਰ ਹੈ ਨਾ ਗਰਾਊਂਡ ਦੇ ਵਿੱਚ ਕਿਤੇ ਐਂ ਹੋਈ ਹੋਵੇ ਹੂਟਿੰਗ ਵੀ ਹੋਵੇ ਵੀ ਹਾਂ ਕਾਕੇ ਨੇ ਕਿਤੇ ਵੱਖਰਾ ਪ੍ਰਦਰਸ਼ਨ ਕੀਤਾ ਕਿਤੇ ਵੀ ਇੱਦਾਂ ਦਾ ਨਹੀਂ ਕਿਤੇ ਹੋਇਆ ਇਹਦੇ ਕਿ ਵੀ ਹੈ ਨਾ ਵੀ ਲਫੜੂ ਲਫੜੀ ਵਾਲੇ ਪ੍ਰਦਰਸ਼ਨ ਵਧੀਆ ਹੀ ਹੋਇਆ ਵੀ ਨਹੀਂ ਜਿੱਦਾਂ ਮੈਂ ਕਹਿਣਾ ਚਾਹੁੰਦਾ ਵੀ ਪ੍ਰਦਰਸ਼ਨ ਜਿੱਦਾਂ ਐਕਸ਼ਨਾਂ ਨੂੰ ਕਿੱਦਾਂ ਪਸੰਦ ਕਰਦੇ ਹੋ ਤੁਸੀਂ ਐਕਸ਼ਨ ਨੂੰ ਮੈਂ ਨਹੀਂ ਪਸੰਦ ਕਰਦਾ ਬਈ ਮੈਂ ਆਪਾਂ ਕੀਤਾ ਨਹੀਂ ਐਕਸ਼ਨ ਐਕਸ਼ਨ ਕਰਕੇ ਨਾ ਜੇ ਵਾਲਾ ਮੂਹਰਲਾ ਬੰਦਾ ਕਰਦਾ ਵੀ ਆਪਾਂ ਤਾਂ ਵੀ ਨਹੀਂ ਕਿਤੇ ਕੀਤਾ ਐਕਸ਼ਨ ਮੈਂ ਜ਼ਿਆਦਾਤਰ ਤੁਹਾਨੂੰ ਕਾਕੇ ਵੇਖਿਆ ਵੀ ਮਤਲਬ ਹਰ ਇੱਕ ਕਮੈਂਟੇਟਰ ਵੀ ਕਹਿੰਦਾ ਉਹਦਾ ਵੀ ਕਾਕੇ ਜਿੰਨੀ ਨਿਮਰਤਾ ਹੈਗੀ ਹੈ ਨਾ ਕਿਸੇ ਦੇ ਵਿੱਚ ਇੱਕ ਠੰਡੇ ਜਿਹੇ ਸੁਭਾਅ ਦਾ ਮੁੰਡਾ ਵਾ ਨਾ ਵੀ ਵਧੀਆ ਕਬੱਡੀ ਖੇਡਦਾ ਅਤੇ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਕਿਹੜੀ ਅਕੈਡਮੀ ਵੱਲੋਂ ਖੇਡਣੀ ਪਸੰਦ ਕਰੋਗੇ ਮੰਨ ਲਓ ਤੁਸੀਂ ਓਪਨ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੋਈ ਅਕੈਡਮੀ ਔਫਰ ਕਰਦੀ ਹੈ ਤਾਂ ਕਿਹੜੀ ਅਕੈਡਮੀ ਦੇ ਲਈ ਖੇਡਣਾ ਪਸੰਦ ਕਰੋਗੇ ਜੀ ਬਈ ਆਪਾਂ ਸਹਾਰਾ ਰਣ ਵਾਲੋਂ ਖੇਡਣਾ ਵਧੀਆ ਪਸੰਦ ਕਰਦੇ ਹਾਂ ਵੀ ਉਹਨਾਂ ਦਾ ਚੱਲਦੀ ਬਣੀ ਵੀਰੇ ਹੈ ਨਾ ਅਤੇ ਉਹਦੇ ਵਿੱਚੋਂ ਵੀਰੇ ਤੁਸੀਂ ਸਹਾਰਾ ਰਣ ਵਾਲੀ ਕੀਤੀ ਸੀਗੀ ਤਾਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਹ ਸਮਾਂ ਦੇਖੀ ਆਵੇ ਵੀ ਤੁਸੀਂ ਸਹਾਰਾ ਰਣ ਦੇ ਲਈ ਖੇਡੋ ਅਤੇ ਆਪਣਾ ਡਾਇਟ ਪਲਾਨ ਕੀ ਆ ਵੀਰੇ ਹੈ ਨਾ ਹਰ ਇੱਕ ਪਲੇਅਰ ਦਾ ਹੁੰਦਾ ਵੀ ਹਾਂ ਆਹ ਡਾਇਟ ਆ ਜਾਂ ਰੂਟੀਨ ਵਰਕ ਕੀ ਆ ਵੀਰੇ
ਬਈ ਡਾਇਟ ਪਲਾਨ ਆਪਣਾ ਵੀ ਛੋਲੇ ਨਾ ਵੀ ਬਦਾਮ ਹੋਵੇ ਕਾਜੂ ਹੋਵੇ ਹਾਂਜੀ ਅਤੇ ਬਈ ਰਗੜਾ ਲਾ ਲਈ ਜਾਵੇ ਠੀਕ ਆ ਹਾਂਜੀ ਠੀਕ ਆ ਅਤੇ ਵਰਕ ਆਪਾਂ ਵੀਰੇ ਦੋ ਟਾਈਮ ਅਤੇ ਇੱਕ ਟਾਈਮ ਕਰਦੇ ਵਰਕ ਬਈ ਦੋ ਟਾਈਮ ਹੀ ਕਰਦੇ ਬਈ ਠੀਕ ਆ ਜੀ ਹਾਂਜੀ ਠੀਕ ਆ ਅਤੇ ਕੋਈ ਮਤਲਬ ਹੁਣ ਕੈਂਪ ਬਾਰੇ ਸੋਚਿਆ ਵੀ ਕਿਉਂਕਿ ਹੁਣ ਜਿਹੜੇ ਮੈਚ ਆਪਣੇ ਤਕਰੀਬਨ ਹੀ ਬੰਦ ਹੋ ਚੁੱਕਿਆ ਕੋਈ ਕੈਂਪ ਲਗਾਉਣ ਬਾਰੇ ਸੋਚਿਆ ਵੀ ਕਿ ਹਾਂ ਆਪਾਂ ਕੈਂਪ ਲਾਉਣਾ ਜਾਂ ਜਾਂ ਰੂਟੀਨ ਇੱਥੇ ਹੀ ਪ੍ਰੈਕਟਿਸ ਕਰਨੀ ਬਈ ਕੈਂਪ ਦਾ ਹੁੰਦਾ ਵੀ ਨਾ ਇੱਕ ਦੋ ਮਹੀਨੇ ਲੱਗਦਾ ਪਰ ਅਸੀਂ ਇੱਥੇ ਡੇਲੀ ਮਿਹਨਤ ਕਰਦੇ ਹਾਂ ਬਈ ਹਰ ਰੋਜ਼ ਦੀ ਤਰ੍ਹਾਂ ਮਿਹਨਤ ਕਰਦੇ ਹਾਂ ਬਈ ਠੀਕ ਆ ਜੀ ਹਾਂਜੀ ਜੀ ਅਤੇ ਹੋਰ ਕਬੱਡੀ ਦੇ ਵਿੱਚ ਤੁਸੀਂ ਕੀ ਜਿਹੜੀਆਂ ਉਤਾਈਆਂ ਸਮਝਦੇ ਹੋ ਕਬੱਡੀ ਦੇ ਵਿੱਚ ਕੀ ਨਵਾਂ ਆਉਣਾ ਚਾਹੀਦਾ ਜੀ ਕੀ ਸੁਧਾਰ ਆਉਣਾ ਚਾਹੀਦਾ ਕਬੱਡੀ ਦੇ ਵਿੱਚ ਬਈ ਸੁਧਾਰ ਹੋਣਾ ਚਾਹੀਦਾ ਵੀ ਬਈ ਨਹੀਂ ਖੇਡ ਜਾਂਦੀ ਹੈ ਨਾ ਠੀਕ ਆ ਜੀ ਵੀ ਇਨਾਮ ਵੱਡੇ ਰੱਖੇ ਜਾਣ ਜਾਂ ਵੀ ਹੁਣ ਦੱਸਿਆ ਪਹਿਲਾਂ ਵੀ ਬਈ ਨਹੀਂ ਪਹਿਲਾਂ ਨੂੰ ਬਾਹਰ ਖੇਡਣ ਦਾ ਮੌਕਾ ਦਿੱਤਾ ਹੈ ਉਹਦੇ ਠੀਕ ਆ ਜੀ ਅਤੇ ਨਾਲ ਇੱਕ ਹੋਰ ਵੀ ਕਬੱਡੀ ਵਜਨੀ ਨੂੰ ਅਤੇ ਓਪਨ ਦੇ ਨਾਲੋਂ ਕੀ ਫਰਕ ਸਮਝਦੇ ਬਈ 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 ਨਹੀਂ ਕਬੱਡੀ ਨੂੰ ਤੁਹਾਨੂੰ ਦੱਸਿਆ ਹੀ ਪਹਿਲਾਂ ਨਾ ਵੀ ਜਦੋਂ ਵੱਡੇ ਮੈਚ ਚੱਲ ਪੈਂਦੇ ਉਹਨੂੰ ਨਾਂ ਦੇਖਣਾ ਪਸੰਦ ਹੀ ਕਰਦੇ ਆ ਬਈ ਵੀ ਬਈ ਨਹੀਂ ਦੇ ਮੈਚ ਇੱਕ ਦਿਨ ਦੇ ਵਿੱਚ ਹੀ ਕਰਵਾਏ ਜਾਂਦੇ ਬਈ ਠੀਕ ਆ ਜੀ ਅਤੇ ਬਈ ਬਈ ਨਹੀਂ ਪਲੇਅਰ ਨੂੰ ਵੀ ਕਿਰਾਇਆ ਦਿੱਤਾ ਜਾਂਦਾ ਵੀ ਕਮੇਟੀਆਂ ਨੂੰ ਇਹੀ ਬੇਨਤੀ ਆ ਵੀ ਬਈ ਨਹੀਂ ਪਲੇਅਰ ਨੂੰ ਵੀ ਕਿਰਾਇਆ ਦਿੱਤਾ ਜਾਵੇ ਬਈ 2000 ਦੇ ਆਸ ਪਾਸ ਨਾ ਬਈ ਅਤੇ ਇੱਕ ਹੋਰ ਬੇਨਤੀ ਆ ਵੀ ਕਮੇਟੀਆਂ ਨੂੰ ਵੀ ਐਂਟਰੀ ਘੱਟ ਰੱਖੀ ਜਾਵੇ ਬਈ ਕਿਉਂਕਿ ਬਈ ਐਂਟਰੀ ਫੀਸ 350 ਤੱਕ ਹੁੰਦੀ ਆ ਬਈ ਹਾਂਜੀ ਬਈ ਅਤੇ ਰਾਤ ਨੂੰ ਕਾਫੀ ਹਨੇਰਾ ਹੋ ਜਾਂਦਾ ਨਾ ਮੈਚ ਖੇਡ ਕੇ ਆਉਂਦਾ ਉਹਨਾਂ ਨੂੰ ਤਾਂ ਘਰਦਿਆਂ ਦਾ ਕੀ ਰਿਸਪੋਂਸ ਹੁੰਦਾ ਵੀਰੇ ਕਈ ਵਾਰੀ ਹਰ ਕੇ ਵੀ ਆਪਾਂ ਨੂੰ ਆਉਣਾ ਪੈਂਦਾ ਘਰੋਂ ਕੀ ਰਿਸਪੋਂਸ ਹੁੰਦਾ ਵੀਰੇ ਬਈ ਮੰਨ ਲਾ ਕੇ ਯਾਰ ਹਰ ਜਾਂਦੇ ਹਾਂ ਨਾ ਵੀ ਜਿੱਤ ਵੀ ਜਾਈਦਾ ਕਿ ਅਤੇ ਘਰ ਦੇ ਵੀ ਕੁਛ ਨਹੀਂ ਵੀ ਫੋਨ ਕਰ ਦੇਈਦਾ ਵੀ ਆ ਰਹੇ ਹਾਂ ਬਸ ਕਾਕਾ ਇੱਕ ਹੋਰ ਆ ਨਾ ਵੀ ਵਜਨੀ ਜਿਹੜੇ ਮੈਚ ਚੱਲਦੇ ਆ ਕਬੱਡੀ ਚੱਲਦੀ ਆ ਉਹਦੇ ਨਾਲ ਨਾਲ ਤੁਸੀਂ ਵੀਰੇ ਆਪਣਾ ਓਪਨ ਦੇ ਮੈਚਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਨਰੋਲ ਦੇ ਮੈਚ ਹੋਣੇ ਚਾਹੀਦੇ ਆ ਜਾਂ ਮਤਲਬ ਅਕੈਡਮੀਆਂ ਦੇ ਪਸੰਦ ਕਰਦੇ ਹੋ ਬਈ ਨਰੋਲ ਮੈਚ ਹੋਣੇ ਚਾਹੀਦੇ ਆ ਮਤਲਬ ਹੁਣ ਬਈ ਆਪਣੇ ਪਿੰਡ ਦੀ ਟੀਮ ਬਣਦੀ ਆ ਬਈ ਹੈ ਨਾ ਠੀਕ ਆ ਜੀ ਵੀ ਪ੍ਰੋਪਰ ਸਹੀ ਟੀਮ ਬਣਦੀ ਪੂਰੀ ਬਈ ਕਈ ਵਾਰ ਐਂ ਹੁੰਦਾ ਵੀ ਪਿੰਡ ਦਾ ਪਲੇਅਰ ਇੱਕ ਹੁੰਦਾ ਬਾਹਰਲੇ ਪਲੇਅਰ ਚਾਰ ਹੁੰਦੇ ਆ ਬਈ ਸਾਰਾ ਕੁਝ ਵੀ ਉਹ ਲੈ ਜਾਂਦੇ ਨਾ ਬਈ ਤਾਂ ਕਰਕੇ ਵੀ ਇਹੀ ਬੇਨਤੀ ਵੀ ਨਰੋਲ ਹੋਣੀ ਚਾਹੀਦੀ ਹੈ ਬਈ ਮਤਲਬ ਵੱਧ ਤੋਂ ਵੱਧ ਨਰੋਲ ਜਿਹੜੇ ਮੈਚ ਹੋਣ ਤਾਂ ਜੋ ਨਵੇਂ ਪਲੇਅਰ ਵੀ ਉੱਠ ਸਕਣ ਬਈ ਅਤੇ ਹੋਰ ਸਾਡੇ ਪੇਜ ਦੇ ਥਰੂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀਰੇ ਆਉਣ ਵਾਲੇ ਪਲੇਅਰਾਂ ਨੂੰ ਬਈ ਮੈਂ ਬਈ ਨਹੀਂ ਪਲੇਅਰ ਨੂੰ ਵੀ ਇਹੀ ਬੇਨਤੀ ਕਰਦਾ ਵੀ ਸਮੇਂ ਸਿਰ ਆਇਆ ਕਰਨ ਨਾ ਮੈਚਾਂ 'ਤੇ ਅਤੇ ਸਮੇਂ ਸਿਰ ਘਰ ਵਾਪਸ ਆਇਆ ਕਰਨ ਬਾਕੀ ਆਪਣੇ ਬਈ ਆਪਣਾ ਸੁਲਤਾਨ ਨੇ ਬਈ ਨੇ ਦੱਸਿਆ ਹੀ ਸੀਗਾ ਵੀ ਓਪਨ ਵਾਲੇ ਪਲੇਅਰ ਵੀ ਯਾਰ ਸਮੇਂ ਸਿਰ ਆਇਆ ਕਰਨ ਸਮੇਂ ਸਿਰ ਘਰ ਜਾਇਆ ਕਰਨ ਬਈ ਡਾਇਟ ਆਪਦੀ ਪ੍ਰੋਪਰ ਲੈ ਸਕਣ ਬਈ ਚਲੋ ਠੀਕ ਆ ਕੁਛ ਸਾਹਿਬ ਆਪਣੀ ਜ਼ਿੰਦਗੀ ਵਿੱਚ ਟਾਈਮ ਦਿੱਤਾ ਤੁਹਾਡੇ ਜਿਹੜੇ ਆਪਣੇ ਕਾਕੇ ਦੇ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮੌਕਾ ਮਿਲਿਆ ਸਾਡੇ ਪੇਜ ਵੱਲੋਂ ਬਹੁਤ ਬਹੁਤ ਧੰਨਵਾਦ